माशाल्लाह माशाल्लाह माशाल्लाह। ओए भाई ओए मट्टी ओए बंदा ये ओए बंदा यार गाड़ी निकलती है ओए को बंदा आई पिया न्यू गाड़ी दी लुक चेक करा तुसा बाकी छोड़ो यू आर इन दिस लुक दा फैन आ पिया ओ शान नेक्स्ट टाइम आंदा मैं जड़ी है ना प्राइस ओ 1 करोड़ रुपया ही वे मजा आएगा देना इवें ना चेक कर दो आज दा नाश्ता हिदवाने दे नाल मेरे मेरा हिस्सा भी रख चा अस्सलाम वालेकुम क्या हाल है ठीक है वैसे ठीक है मैं हम मोहम्मद शहजाद से दिस YouTube चैनल बेला मुंडा आओ अब जी कपड़े बटा हुआ चा असा मैंने पंचायत च सुबह टाइम थी ना तकरीबन 11 हंदा मेरे चाचू दा को मसला आई पिया ये सजा तू ना जिवे गांव दे थक पता पंचायत होंदी है शहरां दे विच अदालत होंदी है गांव दे विच पंचायत होंदी है पंचायत ते जुलदे पए अब बोनी रेडी ने पए बोनी मेरी पत्र इंतजार बैठन ते मैं बस नाश्ता करने दा वादा मैं थारे सामने हल्का फुल्का जल्दी जल्दी दवाड़े नाल नाश्ता कीता मैं तो बिस्मिल्लाह पढ़ के ते गड्डी रवाना चलो भाई मेरा मोबाइल घर रह गया तो मैं रो देवण आ गए जल्दी तो इतना मोबाइल ही भूल गया ਹੁਣ ਤੁਸੀਂ ਵਿਵਰਸ ਚਾਹੁੰਦੇ ਪਿਓ ਸੋ ਬੇ ਅੱਲਾ ਖੈਰ ਕਰੇ ਇਹਨਾਂ ਦੀ ਕਿਸ ਦੀ ਪੰਚਾਇਤ ਤੇ ਔਰ ਕਿਉਂ ਵੈਂਦੇ ਪੈ ਨੇ ਕਿਹੜੇ ਫੈਸਲੇ ਦੇ ਵਿੱਚ ਵੈਂਦੇ ਪੈ ਤਾਂ ਇਹਦਾ ਵੱਡਾ ਕੋਈ ਮਸਲਾ ਕੋਈ ਨਹੀਂ ਮਸਲਾ ਹੀ ਮੈਂ ਛੋਟਾ ਜਿਹਾ ਆਇਆ ਪਿਆ ਮੇਰੇ ਚਾਚੂ ਦਾ ਕੋਈ ਮਸਲਾ ਆਇਆ ਪਿਆ ਹੱਥ ਦਾ ਨਾ ਕੋਈ ਹੱਥ ਆਸ਼ਾਤਾ ਪਤਨੀ ਕਿੱਦਾਂ ਨੇ ਤੇ ਉਹਦੇ ਮਾਮਲਾਤ ਚ ਨਾ ਕੋਈ ਪ੍ਰੋਬਲਮਸ ਆਨ ਪਿਆ ਨਾ ਪਰ ਉਹ ਵਸੇ ਬਲਾਨੇ ਵਾਲ ਪੰਚਾਇਤ ਇਲਾਈਏ ਔਰ ਪੰਚਾਇਤ ਜੋ ਲਾਉਂਦਾ ਜਿਹੜਾ ਫੈਸਲਾ ਥੀ ਸੀ ਤਾਂ ਪਤਾ ਪੰਚਾਇਤ ਦਾ ਫੈਸਲਾ ਤਾਂ ਸਾਰਿਆਂ ਵਾਸਤੇ ਬਹਿਸ ਇੱਜ਼ਤ ਹੁੰਦਾ ਪੂਰੇ ਗਾਂਵ ਵਾਲਿਆਂ ਵਾਸਤੇ ਪੂਰੀ ਬਸਤੀ ਵਾਲਿਆਂ ਵਾਸਤੇ ਪੂਰੇ ਇਲਾਕੇ ਵਾਲਿਆਂ ਵਾਸਤੇ ਕਿਉਂਕਿ ਮੇਰੇ ਸਗੇ ਚਾਚੂ ਐਨ ਪੈ ਤਾਂ ਇਸ ਵਜ੍ਹਾ ਤੋਂ ਅਸਾਂ ਵੀ ਵਾਲ ਪੰਚਾਇਤ ਕੋਈ ਜ਼ਰੂਰ ਜੁਆਇਨ ਕਰੇ ਸੋ ਇਨਸ਼ਾਅੱਲਾ ਤੇ ਜੇ ਨਾਡਣ ਤੁਹਾਡੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਕਿ ਤੋ ਜਲਦੀ ਜਲਦੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਗਿਨੋ ਤੇ ਮੇਰੇ ਸ਼ੁਰੂ ਕਰਨੇ ਅੱਜ ਦੀ ਮਜ਼ਦਾਰ ਵੀਡੀਓ ਔਰ ਜਿਹੜੀ ਜਗ੍ਹਾ ਤੇ ਪੰਚਾਇਤ ਦੇ ਵੀ ਫੈਸਲਾ ਹੈ ਪਿਆ ਉਹ ਤੱਕ ਲੋਕੇਸ਼ਨ ਦਾ ਸਾਇਆ ਜਿੱਥਾ ਸਾਡੀ ਆੜਾ ਤੇ ਗਲਾ ਮੰਡੀ ਦੇ ਸਾਰੇ ਸ਼ਹਿਰ ਦੀ ਗਲਾ ਮੰਡੀ ਹੈ ਨਾ ਜਿਹੜੀ ਉਥਾਈ ਪੰਚਾਇਤ ਔਰ ਫੈਸਲਾ ਹੈ ਪਿਆ ਸਖੀ ਲਾਲ ਆਗੰਦੀ ਸਾਹਮਣੇ ਆਈਐਸ ਵੈਂਦੀ ਪਈ ਜਾਂ ਸਖੀ ਲਾਲ ਲੈਂਦੀ ਹੈ ਤੇ ਜਾਂ ਹੁੰਦਾ ਸਖੀ ਲਾਲ ਦਾ ਕੋਈ ਮੁਰੀਦ ਹੋ ਸੀ ਡਰਾਈਵਰ ਇਸ ਵਜ੍ਹਾ ਤੋਂ ਸਖੀ ਲਾਲ ਲਿਖਵਾਈ ਵਦਾ ਤੇ ਇਹ ਸਾਹਮਣੇ ਸੜਕ ਵੈਂਦੀ ਪਈ ਗਲਾ ਮੰਡੀ ਤੋਂ ਤੇ ਸਾਹਮਣ ਗਲਾ ਮੰਡੀ ਦਾ ਮੁੜ ਗਏ ਇਹ ਵੀ ਔਰ ਪਹੁੰਚ ਚੁੱਕੇ ਜਿੱਥਾਂ ਪੰਚਾਇਤ ਹੈ ਪਈ ਸਾਰੀ ਪਬਲਿਕ ਇਥੇ ਇਕੱਠੀ ਹੈ ਪਈ ਵੈਲਕਮ ਬੈਕ ਵੀਵਰ ਅੱਜ ਦਾ ਫੈਸਲਾ ਮੁਲਤਵੀ ਥੀ ਚੁੱਕਾ ਕੈਨਸਲ ਥੀ ਚੁੱਕਾ ਵੀਵਰ ਤੱਕ ਪਤਾ ਪੰਚਾਇਤ ਉਹਲੇ ਕੰਪਲੀਟ ਥੀਂਦੀ ਹੁੰਦੀ ਹੈ ਜਿਹਲੇ ਬੰਦੇ ਮੁਕੰਮਲ ਹੋਣ ਤਾਂ ਕੁਝ ਬੰਦੇ ਸ਼ਾਰਟ ਅਨ ਪੈ ਤੇ ਜਿਸ ਵਜ੍ਹਾ ਤੋਂ ਨਾ ਫੈਸਲਾ ਮੁਲਤਵੀ ਥੀ ਗਏ ਵਲ ਨੈਕਸਟ ਵੀਕ ਮੈਂ ਕਿਹਾ ਚਲੋ ਠੀਕ ਹੈ ਕਿਉਂਕਿ ਤੱਕ ਪਤਾ ਜੇ ਅਦਾਲਤ ਹੁੰਦਾ ਨਾ ਤਾਰੀਖ ਪੇ ਤਾਰੀਖ ਤਾਰੀਖ ਪੇ ਤਾਰੀਖ ਇੱਥੇ ਹੀ ਉਹ ਹਾਲ ਹੁੰਦਾ ਵੇ ਮਤਲਬ ਹੈ ਕਿ ਪੰਚਾਇਤਾਂ ਦੇ ਜਿਹੇ ਤੱਕ ਬੰਦੇ ਮੁਕੰਮਲ ਨਾ ਥੀ ਸਨ ਉਹ ਤੋਂ ਹੀ ਫੈਸਲਾ ਕੰਟੀਨਿਊ ਨਾ ਥੀ ਸੀ ਜਿਹਲੇ ਬੰਦੇ ਮੁਕੰਮਲ ਥੀ ਵੇ ਸਨ ਬਾ ਪਿੱਛੇ ਚੁਟਕਿਆਂ ਦੇ ਫੈਸਲਾ ਕੰਪਲੀਟ ਔਰ ਮਾਮਲਾਤ ਹਲ ਮਜ਼ੇ ਤੋਂ ਦੁਆ ਕਰੇ ਮਾਮਲਾ ਹਲ ਥੀ ਵੇਨ ਵੈਸੇ ਵੀ ਜ਼ਿੰਦਗੀ ਜਿੱਥਾ ਗੁਜ਼ਰਦੀ ਪਿਆ ਹੋਵੇ ਉਤਾ ਛੋਟੇ ਮੋਟੇ ਮਾਮਲਾ ਛੋਟੇ ਛੋਟੇ ਮਸਲੇ ਮਸਾਲ ਥਿੰਦੇ ਰਾਨਨ ਇਹ ਛੋਟੇ ਛੋਟੇ ਮਾਮਲਾ ਜਿਹੜਾ ਨਾ ਇਹ ਵੀ ਜ਼ਿੰਦਗੀ ਦਾ ਹਿੱਸਾ ਹੋਣਨ ਟਾਈਮ ਚਿੰਦਾ ਪੈ 12 ਵਜੇ 41 ਮਿੰਟ ਤਕਰੀਬਨ 1.5 ਘੰਟੇ ਮਜ਼ੇ ਦੀ ਥਾ ਬੈਠ ਰਹਿ ਗਏ ਦੇਖੇ ਦਵਾਣਾ ਦੇ ਹੋਜਾ 5-6 ਕਿਲੋ ਦਾ ਸੋਹਣਾ ਜਿਆ ਤੇਰੀ ਤਰ੍ਹਾਂ ਹੋਵੇ ਮੈਂ ਲੱਤਾ ਲਾਲ ਹਿਦਵਾਣੇ ਘਰ ਮੁਕੇ ਪੈਣ ਪਤਾ ਹਿਦਵਾਣੇ ਸਾਰੀ ਕਮਜ਼ੋਰੀ ਅੰਤ ਇਸ ਵਜ੍ਹਾ ਤੋਂ ਹਿਦਵਾਣਾ ਗਿੱਦੀ ਬੈਨੇ ਫੈਸਲਾ ਤਾਂ ਥੀ ਬਣਾ ਤੇ ਹਿਦਵਾਣੇ ਦਾ ਕਹੂੰ ਇਹ ਵਿਵਰ ਕਾਲ ਜਿਹੜੀ ਅਸਾਂ ਘਿੰਨ ਕੇ ਆਇਆ ਸੀ ਫੈਬਰ ਇਹ ਸ਼ੈਡ ਲੰਬਾ ਕਰਨ ਵਾਸਤੇ ਕਿਉਂਕਿ ਸ਼ੈਡ ਛੋਟਾ ਨਾ ਦੇਖੋ ਨਾ ਪਿਛਲੀ ਸਾਈਡ ਤੋਂ ਇਹ ਦੇਖੋ ਇੱਥੋਂ ਗੱਡੀ ਬਾਹਰ ਨਿਕਲੀ ਖੜੀ ਹੈ ਤਾਂ ਅੰਦਰ ਇਥਾਂ ਧੁੱਪਾਂ ਦੇ ਡਿੱਗੀ ਦੇ ਉੱਤੇ ਨਾ ਤਾਂ ਇਸ ਵਜ੍ਹਾ ਤੋਂ ਉਹ ਕਾਰੀਗਰ ਸਭ ਕਾ ਲਾ ਰਹਿਣਾ ਤੇ ਫੈਬਰ ਵੀ ਘਰ ਆ ਗਈ ਹੈ ਔਰ ਕੱਲ ਇਨਸ਼ਾਅੱਲਾ ਔਰ ਬਈ ਸੱਚ ਬਈ ਮਜ਼ੇ ਦੀ ਗੁੱਡ ਨਿਊਜ਼ ਫਕਰ ਸਵਾ ਤੇ ਸਭ ਵੀਵਰ ਰਿਕਮੈਂਡ ਕੁਛ ਹੀ ਪੈਂਦਾ ਸ਼ਹਾਦ ਬਈ ਆਪਣਾ ਘਰ ਰੰਗ ਕਰਨ ਕਰ ਵੈਸੋ ਆਪਣਾ ਘਰ ਰੰਗ ਕਰਨ ਕਰ ਵੈਸੋ ਤਾਂ ਭਾਈ ਜਨ ਕੱਲ ਜਿਹੜਾ ਨਾ ਰੰਗ ਵਾਲਾ ਵੀ ਆਂਦੇ ਪੈਣ ਮੇਰੇ ਘਰ ਦੇ ਇਨਸ਼ਾਅੱਲਾ ਮੇਰੇ ਘਰ ਦੀ ਨਵੀਂ ਲੁੱਕ ਤੱਕ ਜਲਦ ਦੇਖਣ ਨੂੰ ਮਿਲ ਸਈ ਅੱਗੇ ਦਾ ਫੁੱਲ ਰਫ ਹਾਲਤ ਚ ਜਾਈਨਾ ਮਤਲਬ ਕਾਰੀਗਰ ਆ ਸਨ ਉਹਨਾਂ ਨਾਲ ਸੌਦਾ ਮਕਾਇਆ ਸੀ ਤੁਹਾਨੂੰ ਯਾਦ ਹੋਵੇ ਈਦ ਤੋਂ ਪਹਿਲੇ ਮਤਲਬ ਰਮਜ਼ਾਨ ਤੋਂ ਵੀ ਪਹਿਲੇ ਤਾਂ ਰਮਜ਼ਾਨ ਦੀ ਪਾਰੋ ਨਾ ਰੁਕ ਗਿਆ ਸੀ ਜਦ ਰਮਜ਼ਾਨ ਰੁਕ ਗੁਜ਼ਰ ਵਣੇ ਮਹ ਰਮਜ਼ਾਨ ਤੋਂ ਬਾਅਦ ਪਿਛੇ ਘਰ ਸਾਰੇ ਰੰਗ ਕਰ ਵੈਸੋ ਤਾਂ ਇਨਸ਼ਾਅੱਲਾ ਕੱਲ ਕਾਰੀਗਰ ਆ ਸਨ ਔਰ ਮਲਤਾਨ ਦੇ ਜੁਲਸੋ ਰੰਗ ਘਿੰਨਾ ਸੂ ਪਿਛੇ ਇਨਸ਼ਾਅੱਲਾ ਕੰਮ ਸ਼ੁਰੂ ਥੀ ਵੈਸੇ ਅਮੀਜਾਨ ਮੈਨੂੰ ਨਾਸ਼ਤਾ ਰਿਹਾ ਭੁੱਖ ਡਾਢੀ ਲੱਗੀ ਹੋਈ ਦਿਮਾਗ ਨੇ ਭੱਜਦੇ ਥੋੜਾ ਜਿਹਾ ਦਵਾਣਾ ਖਾ ਗਿਆ ਯੂਰ ਅੰਮੀ ਨੇ ਤੰਦੂਰ ਦੇ ਉੱਤੇ ਤਾਜ਼ੀ ਤਾਜ਼ੀ ਗਰਮਾ ਗਰਮ ਰੋਟੀ ਪਕਾ ਕੇ ਦੇ ਦਿੱਤੀ ਹੈ ਨਾਸ਼ਤਾ ਇਹ ਤੁਹਾਡੇ ਵੀਰਾਂ ਦਾ ਨਾਸ਼ਤਾ ਹੈ ਪਹਿਲੇ ਦਵਾਣਾ ਆਈ ਹੋਣ ਗਰਮਾ ਗਰਮ ਤੰਦੂਰੀ ਰੋਟੀ ਇਹ ਵੀ ਉਹ ਜਿਹੜੀ ਮੈਂ ਆਪਣੇ ਹੱਥ ਨਾਲ ਸਬਜ਼ੀ ਬੀਜੀ ਹੈ ਨਾ ਇਹ ਉਹ ਪੱਕੀ ਪਈ ਵੇ ਆਪਣੇ ਹੱਥ ਦੀ ਘਰ ਦੀ ਸਬਜ਼ੀ ਦੀ ਸ਼ੀਰੀ ਹੋਰ ਹੁੰਦੀ ਵੇ ਤੰਦੂਰੀ ਰੋਟੀ ਮੱਖਣ ਨਾਲ ਚੋਪੜੀ ਹੋਈ ਹਾਏ 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 ਇਹ ਆਪਣੀ ਗਾਂ ਦੇ ਮੱਖਣ ਦੀ ਚੋਪੜੀ ਹੋਈ ਵੇ ਖਾਣੇ ਤੋਂ ਸਾਥ ਵਿੱਚ ਮੈਂ ਇਕੱਠੇ ਕਰਨੇ ਤੋਂ ਕਲਾ ਕਾ ਗਿਆ ਮੈਂ ਨਾਸ਼ਤਾ ਕਰਨ ਦੇ ਬਾਅਦ ਥੀਆਂ ਬਿਲਕੁਲ ਹੀ ਫ੍ਰੀ ਟਾਈਮ ਥਿੰਦਾ ਪਵੇ 3 ਵਜੇ ਕੇ ਤੇ 16 ਮਿੰਟ ਔਰ ਪੂਰੇ ਅੱਜ ਹਫਤੇ ਦੇ ਬਾਅਦ ਬਣਾਉਣ ਜੁਲਦੇ ਪੈ ਫਨੀ ਵੀਡੀਓ ਕਿਉਂਕਿ ਅੱਗੇ ਵੀਡੀਓ ਫਨੀ ਵੀ ਕੋਨੇ ਸੇ ਬਣਾਉਂਦੇ ਰਹਿ ਗਏ ਕਿਉਂਕਿ ਦਿੱਲੀ ਨਾ ਕਰਦਾ ਪਿਆ ਉਕਤਾ ਗਿਆ ਸੀ ਕਿਉਂਕਿ ਇੱਕੋ ਕੰਮ ਕਰ ਕਰਕੇ ਵੀ ਨਾ ਬੰਦਾ ਉਕਤਾ ਪੈਂਦਾ ਤੇ ਇਸ ਵਜ੍ਹਾ ਹਫਤਾ ਪੂਰਾ ਛੁੱਟੀਆਂ ਕੀਤੀ ਸੀ ਓਏ ਦੇਖਾਂ ਇਹ ਐਕਸਲ ਕਿੱਥੇ ਆ ਇਹ ਐਕਸਲ ਟੁੱਟ ਗਏ ਹਾਂ ਇਹ ਐਕਸਲ ਪਾਰਟ ਪੈ ਗਏ ਤੇ ਇਹ ਐਕਸਲ ਕਿੱਥੇ ਆ ਅੱਛਾ ਚਲੋ ਠੀਕ ਹੈ ਇਹਨਾਂ ਤੇ ਕਿ ਓਵਰਲੋਡਿੰਗ ਕੀਤੀ ਵੇ ਹਾਂ ਇਹ ਜ਼ਰਾ ਲੋਡ ਜ਼ਿਆਦਾ ਮਾਰਨਾ ਇਹ ਤਕਰੀਬਨ 35 ਮਨ ਸਿਕਰਾ ਨੇ ਅੱਛਾ 35 ਮਨ ਲੱਡੇ ਨੇ ਵੀਵਰ ਇਸ ਜਗ੍ਹਾ ਤੋਂ ਇਹ ਦੇਖੋ ਐਕਸਲ ਸਾਰਾ ਟੁੱਟ ਗਿਆ
ਇਹ ਕਿਤਨੇ ਦਾ ਮਿਲ ਸੀ ਇਹ ਤਕਰੀਬਨ 150 ਦਾ ਚਲੋ ਇਹ ਘੇਨਾ ਸੋ ਹੁਣ ਨਾਲ ਤਾਂ ਕਹਿੰਦੇ ਸਵੇਂ ਦਾ ਪਏ ਹਲੇ ਸਵੇਂ ਦਾ ਪਏ ਵੀਡੀਓ ਬਣਾਉਣਾ ਸੁਬਾਹ ਜੇ ਲਿਆ ਸੋ ਨਾ ਤੇ ਵਲ ਘੇਨਾ ਸੋ ਮਾਸ਼ਾਅੱਲਾ ਸਾਡੀ ਸਬਜ਼ੀ ਬਿਲਕੁਲ ਚਮਕਦੀ ਪਈ ਏ ਸਿਰਫ ਇੱਕ ਪਾਣੀ ਦੀ ਕਮੀ ਆਈ ਹਲ ਪਾਣੀ ਲਾ ਦਿੱਤਾ ਸੇ ਲੇਕਿਨ ਸਾਹਮਣੇ ਇੱਕ ਨਾ ਵਲ ਸੁੱਕ ਗਈ ਸਾਹਮਣੇ ਇਹ ਦੇਖੋ ਵੀਰ ਇਹ ਵਾਲੀ ਵਲ ਸੁੱਕ ਗਈ ਇਹ ਵਲ ਕੋ ਪਤਾ ਨਹੀਂ ਕਿਆ ਥੀ ਹੈ ਮੈਨੂੰ ਲੱਗਦਾ ਇਹਨੇ ਮੁੰਡ ਦੇ ਸ਼ਾਇਦ ਸੀਵੀ ਲੱਗ ਗਈ ਬਾਕੀ ਮੇਰੇ ਜਿੰਨੇ ਸਬਜ਼ੀ ਹੈ ਸਾਰੀ ਦੀ ਸਾਰੀ ਰਹਿਦੇ ਪਏ ਫੁੱਲ ਤਰੋ ਤਾਜ਼ਾ ਹੈ ਪਈ ਬਸ ਇਹ ਇੱਕ ਵਲ ਸੁੱਕ ਗਈ ਇਹ ਵਾਲੀ ਇਹ ਦੇਖੋ ਪੱਤੇ ਦੇ ਮੁਰਝਾ ਗਏ ਇਹ ਇੱਥੋਂ ਦਾ ਮੁੰਡ ਹੀ ਹੋ ਗਿਆ ਮੁੰਡ ਦੇ ਵਿੱਚ ਕੋਈ ਸੀਵੀ ਸੀਵੀ ਕਹਿਣ ਲੱਗੀ ਪਈ ਵਲ ਪਤਾ ਨਹੀਂ ਕਿਉਂ ਸੁੱਕ ਗਈ ਮੈਂ ਕੋਲ ਲੱਗਦਾ ਸ਼ਾਇਦ ਸਪਰੇ ਦੀ ਕਮੀ ਤੋਂ ਸਪਰੇ ਤਾਈ ਪਿਆ ਬੋਣੀ ਕੋਲ ਸਪਰੇ ਕਰ ਦੇਣਾ ਪਹਿਲੇ ਤਰ੍ਹਾਂ ਸੀਵੇ ਦੀ ਚਾਸ ਚਾਤੀ ਤੇ ਹੁਣ ਆਲਟੋ ਦੀ ਚਾਸ ਚਾਨੇ ਅੱਲਾ ਖੁਜਾ ਮੌਲੀ ਜੀ ਮੈਂ ਪਹਿਲੇ ਹੱਥ ਕਿਤੇ ਨੂੰ ਮੈਂ ਕੀਤੀ ਆ ਅਸਲਾਮ ਹੋ ਵਾਲੇਕਮ ਸਲਾਮ ਮੌਲੀ ਜੀ ਮੈਂ ਜੋ ਗੱਡੀ ਡਿੱਠਿਆ ਦਾ ਵੀ ਆਇਆ ਚਦਾ ਸਿੱਧੇ ਮਿਲੋ ਕੋਈ ਆਸਾਂ ਹਾਲ ਜੀ ਕੀ ਹਾਲ ਠੀਕ ਕਰੀਏ ਸਰ ਭਈਏ ਕੋ ਗਾਲ ਯਾਰ ਬਾਤ ਤੱਕ ਲੋਕ ਲੋਕ ਤੋਂ ਕੋ ਦੂਰੋਂ ਮਿਲਣਾ ਨਾ ਸਾਈਥਾਂ ਹੀ ਮਿਲਣੇ ਵਾਲਾ ਥੋੜੀ ਗਾਲ ਹਾਂ ਇੱਕ ਵਾਰ ਹਮਾਮ ਤੇ ਪਹੁੰਚੇ ਹੀ ਹਮਾਮ ਦੇ ਉੱਤੇ ਬਣਾਉਣੀ ਐਸਾ ਫਨੀ ਵੀਡੀਓ ਔਰ ਟਾਈਮ ਕਿੰਨਾ ਪੈ ਟਾਈਮ ਦਿਖਾਓ ਟਾਈਮ ਥੀ ਨਾ ਪਵੇ 3:41 ਮਿੰਟ ਵੀਡੀਓ ਬਣਾ ਕੇ ਬੋਲਾ ਮਿਲਦਾ ਮੈਂ ਕਿ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਾ ਯਾਦ ਆ ਗਿਆ ਮੇਰੇ ਮੁੱਛਾਂ ਵੱਡੇ ਵੱਡੇ ਥੀ ਆਵੇਦਨ ਕਦੇ ਪਾਓ ਹੈਂਡਲ ਬਣਿਆ ਵੇਦਨ ਇਹ ਮੈਂ ਕਿ ਮੌਲੀ ਕੋ ਦੋਇਆ ਦਸ ਪਹਿਲੇ ਸਰ ਕਰ ਦੇ ਨਾ ਜ਼ਿਆਦਾ ਵੱਜਾ ਮੈਂ ਤਾਂ ਹੱਛ ਮੌਲੀ ਦਾ ਸ਼ਰਮਾਤ ਗੁਨਾ ਉਸਤਾਦ ਨੇ ਮੈਂ ਆ ਮੌਲੀ ਦਾ ਹੁਣ ਮੁਹੱਬਤ ਤਾਂ ਵੰਡ ਕੇ ਨੰਦਨਾ ਬੁਲਾਣਾ ਕੇ ਮੁਲੇਰ ਇੱਕ ਟਕਾਰ ਤਾਂ ਮਾਰ ਕੇ ਦਿਖਾ ਚ ਮੇਰੇ ਵਿਵਰਾਂ ਕੋ ਇੱਕ 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 ਅੱਤੇ ਨਹੀਂ ਇੱਕ ਵੀ ਆ ਅੱਤੇ ਜੀ ਵਿਵਰ ਮਲੂਮ ਤੇ ਤਾਂ ਜਿਵੇਂ ਬੰਦਾ ਰੱਜ ਕੇ ਰੋਟੀ ਖਾ ਵੇਣਾ ਪਿੱਛੇ ਇੰਜਾ ਡਕਾਰ ਆਂਦਾ ਇੱਕ ਵੀ ਆ ਖੁਸ਼ੀ ਘਿੰਨਣ ਔਰ ਦੇਖਣ ਦੇ ਚੱਕਰਾਂ 'ਚ ਵਧਿਆ ਥੇ ਅਤੇ ਜਿਹੜੀ ਗੱਡੀ ਗੱਡੀ ਦੇਖਣੀ ਸੀ ਨਾ ਉਹ ਸਾਡੇ ਸ਼ਹਿਰ ਦੇ ਵਿੱਚ ਆਈ ਖੜੀ ਹੈ ਜੋ ਕਿ ਉਹ ਗੱਡੀ ਦੇ ਥੇ ਵਿਜ਼ਿਟ ਕਰੇ ਨੇ ਉਹ ਗੱਡੀ ਥੋਕ ਵੀ ਦਿਖੇ ਨੇ ਔਰ ਉਹ ਗੱਡੀ ਮੈਂ ਕੋ ਬਹੁਤ ਜ਼ਿਆਦਾ ਪਸੰਦ ਹੈ ਭਾਈ ਇਹ ਕੋ ਪਸੰਦ ਹੈ ਲੇਕਿਨ ਕਿ ਮੈਂ ਹਾਲੇ ਡਿਸਾਈਡ ਕਰਨ ਦਾ ਮਸ਼ਵਰਾ ਕਰਨ ਦਾ ਵਾ ਤਾਂ ਕਿ ਪਤਾ ਨਹੀਂ ਗੱਡੀ ਸਹੀ ਹੈ ਵੀ ਸਹੀ ਹੈ ਕੋਈ ਨਾ ਵੀਵਰ ਪਹੁੰਚੇ ਹੈ ਘਰ ਔਰ ਘਰ ਆ ਕੇ ਨਾ ਕੋਈ ਥੋੜਾ ਗੱਡੀ ਦੇ ਸਮਾਨ ਵਧਾਈ ਥੀ ਔਰ ਇੱਥੇ ਸੇ ਰੱਖ ਕੇ ਤੇ ਹੁਣ ਜਲਦੇ ਪੈ ਸਿੱਧਾ ਗੱਡੀ ਦੇਖਣ ਤੇ ਮੈਂ ਕਾਲ ਕਰਕੇ ਕਨਫਰਮ ਕੀਤਾ ਉਹਨਾਂ ਕਿ ਭਜਨ ਗੱਡੀ ਘਰ ਹੈ ਪਈ ਤੇ 15 ਮਿੰਟ ਮੇਰੇ ਕੋਲ ਪਹੁੰਚੋ ਮੈਂ ਕਿ ਠੀਕ ਹੈ ਬਾਰਿਸ਼ ਦੇ ਵਿੱਚ ਮਾਸ਼ਾਅੱਲਾ ਘਾਸ ਕਿਵੇਂ ਹਰਾ ਭਰਾ ਲੱਗਦਾ ਪਈ ਹੈ ਉਮੈਰ ਦੇ ਇੰਤਜ਼ਾਰ ਖਣਿਆ ਤੇ ਉਮੈਰ ਗਿਆ ਉਹਦਾ ਗਾਉਂ ਵਾਲੀ ਦੁਕਾਨ ਤੇ ਉਹ ਕੋਈ ਕਾਰ ਦਿਖਾਉਣੀ ਕਿਉਂਕਿ ਤੁਹਾਨੂੰ ਪਤਾ ਉਮੈਰ ਮੇਰੀ ਘਰ ਕਾਰਾਂ ਦਾ ਸ਼ੌਕੀਨ ਹੈ ਔਰ ਅਗਰ ਮੈਂ ਕੱਲਾ ਕਾਰ ਦੇਖਾਂ ਹਮ ਨਾ ਉਹ ਸ਼ਾਮ ਕੋ ਮੇਲਾ ਨਾਰਾਜ਼ ਜੀ ਵੈਸੀ ਅਕਸੇ ਬਈ ਤੂੰ ਕੱਲਾ ਕੱਲਾ ਕਾਰ ਦੇਖਾਂ ਤਾਂ ਬੋਣੇ ਕੇ ਦੁਕਾਨ ਤੇ ਗਿਰਦੇ ਆ ਵਨੇ ਤੂੰ ਕੀ ਨਾਲ ਕੀਤੀ ਵਨੋ ਆਮਣਾ ਇਹ ਰਹੂੰ ਇਸੇ ਬਸ ਲੱਗ ਤੋਰੇ ਦਾਖਣਾ ਬੱਦਲ ਦੇਖੋ ਕਿਤਨੇ ਵੀਆਈਪੀ ਬੱਦਲ ਬਣੇ ਖਣ ਮੈਨੂੰ ਲੱਗਦਾ ਪੂਰੇ ਪੰਜਾਬ ਵਿੱਚ ਬਾਰਿਸ਼ਾਂ ਹੋਣ ਕਿਉਂਕਿ ਮੈਂ ਰਾਤ ਨਿਊਜ਼ ਸੁਣਦਾ ਪਿਆ ਮੈਂ ਉਹਦੇ ਪੈਨ ਪੂਰੇ ਪੰਜਾਬ ਵਿੱਚ ਬਾਰਿਸ਼ਾਂ ਦੇ ਇਮਕਾਨ ਹੈ ਘਰ ਚਮਕ ਕੇ ਸਾਥ ਬਾਰਿਸ਼ ਹੈ ਔਰ ਨਾਲ ਜ਼ਾਲਾ ਬਾਰੀ ਥੀ ਮੰਡਾ ਵੀ ਖਦਸ਼ਾ ਹੈ ਪਿਆ ਅਸਲਾਮ ਅਲੈਕਮ ਜੱਟ ਸਾਹਿਬ ਵਾਲੇਕਮ ਸਲਾਮ ਸਰ ਜੀ ਤੁਹਾਡੀ ਦਿੱਤੀ ਲੋਕੇਸ਼ਨ ਤੇ ਆਏ ਬੈਠੇ ਆ ਸ਼ਹਿਰ ਚੌਕ ਮੁੰਡਾ ਦੇ ਵਿੱਚ ਰੋਡ ਤੇ ਮੇਨ ਰੋਡ ਤੇ ਅੱਛਾ ਮੈਂ ਆ ਗਿਆ ਓਕੇ ਅਸਾਂ ਹੁਣ ਜੇ ਲਿਆ ਤੇ ਪਿਆ ਸੇ ਨਾ ਉਸ ਟਾਈਮ ਮੇਰਾ ਕੈਮਰਾ ਆਫ ਹੋਈ ਪਿਆ ਇੱਕ ਮੋਟਰਸਾਈਕਲ ਦੇ ਉੱਤੇ ਨਾ ਦੋਧੀ ਵੰਦਾ ਪਿਆ ਨਾ ਇਥੋਂ ਸਾਡੇ ਇਲਾਕੇ ਦਾ ਹੈ ਪਿਆ ਨਾ ਉਸ ਦੋਧੀ ਨੇ ਨਾ ਲਿੰਕ ਰੋਡ ਤੋਂ ਮੇਨ ਰੋਡ ਦੇ ਉੱਤੇ ਚੜੇ ਅਸਾਂ ਮੇਨ ਰੋਡ ਤੇ ਆਸੇ ਪਿਆ ਨਾ ਔਰ ਉਹਨੇ ਯਕਦਮ ਟਰਨ ਕੀਤਾ ਉਹਨੇ ਪਿੱਛਾ ਨਹੀਂ ਦੇਖਿਆ ਵੀ ਪਿੱਛੂ ਕਿਸ਼ਾਂ ਦੀ ਪਈ ਜਾਂ ਕੋਈ ਨਾ ਔਰ ਸਾਡੀ ਬ੍ਰੇਕ ਕਿਵੇਂ ਲੱਗੀ ਹੈ ਅੱਲਾ ਮਾਫ ਦੇ ਅੱਲਾ ਬਚਾ ਕੇ ਤੇ ਸਵੇਰੇ ਕੋ ਦੇਖ ਚੜੇ ਤੂੰ ਚਾਵਲਾਂ ਦੀ ਮੈਂ ਕੋ ਇਹੋ ਪਤਾ ਲੱਗਾ ਇੱਕਦਮ ਈ ਮਾੜੀ ਗਾੜੇ ਵਾਂ ਫਾਤੀਆਂ ਵਾਲਾ ਈ ਸਾਈਡ ਤੇ ਵਾਂ ਫਾਤੀਆਂ ਬੜੀ ਉਸਤੀਂ ਦੀ ਹੈ ਨਾ ਸਾਡੀ ਹਾਂ ਵਿਵਰ ਪਤਾ ਮੈਂ ਜਲੇ ਨਾ ਬ੍ਰੇਕ ਮਾਰੀਏ ਨਾ ਫੁੱਲ ਮਤਲਬ ਟਿਕਾ ਕੇ ਬ੍ਰੇਕ ਮਾਰੀਏ ਟਾਇਰਾਂ ਚੋਂ ਚਿਕਾੜ ਦਾ ਆਵਾਜ਼ ਆਏ ਔਰ ਵਾਲਾ ਗੱਡੀ ਤਿਲਕ ਕੇ ਨਾ ਉਹਦੇ ਵਿੱਚ ਵੰਨਣ ਲੱਗੀ ਨਾ ਉਹ ਜਿਹੜਾ ਮੋਟਰਸਾਈਕਲ ਆਈ ਉੱਥੋਂ ਨਾ ਵਾਲਾ ਮੈਂ ਬ੍ਰੇਕ ਤੋਂ ਪੇਰ ਚਾਹਤਾ ਤੋਲਾ ਗੱਡੀ ਯਕਦਮ ਜੋ ਫਿਰ ਇੱਕ ਸਾਈਡ ਤੇ ਉਹ ਜਿਹੜੇ ਬ੍ਰੇਕ ਜੋ ਲੱਗੀ ਆਂਦੀ ਯਕਦਮ ਘੁੰਮਣ ਦੀ ਕੋਸ਼ਿਸ਼ ਕੀਤੀ ਗੱਡੀ ਨੇ ਸਾਈਡ ਤੇ ਲੇਕਿਨ ਸ਼ੁਕਰ ਅਲਹਮਦੁਲਿਲਾ ਕਿ ਮੈਂ ਵਾਲਾ ਗੱਡੀ ਨੂੰ ਕੰਟਰੋਲ ਕਰ ਗਈ ਤਾਂ ਔਰ ਬਚ ਗਏ ਅੱਜ ਜੇ ਗੱਡੀ ਸਾਡੇ ਹੱਥੋਂ ਵਹਿੰਦੀ ਤਾਂ ਗੱਡੀ ਉਲਟੇ ਆ ਸਾਰੀ ਯਕੀਨ ਆ ਅਸਾਂ ਪੰਜੇ ਦੇ ਖਤਮ ਅੱਜ ਪੰਜੇ ਗਏ ਸਵੇਰੇ ਟਰ ਗਏ ਯਾਰ ਮੁਹੱਬਤਾਂ ਵਾਲੇ ਅੱਲਾ ਮਾਫ ਕਰੇ ਯਾਰ ਇਹਦਾ ਮਜ਼ਾਕ ਨਹੀਂ ਹੁੰਦਾ ਅੱਲਾ ਪਾਕ ਮਾਫ ਕਰੇ ਵੀਰ ਤੁਹਾਡਾ ਦੁਆਵਾਂ ਨੇ ਪਿਆ ਤੁਹਾਡੇ ਦੁਆਵਾਂ ਦਾ ਸਦਕਾ ਅੱਲਾ ਪਾਕ ਜਿਹੜਾ ਨਾ ਸਾਕੋ ਬਚਾ ਕੇ ਦੇ ਕੋਈ ਸਾਡਾ ਹੱਥ ਦਿੱਤਾ ਗੁਆ ਗਏ ਯਕੀਨਨ ਬਹੁ ਡੇਂਜਰ ਸਿਚੁਏਸ਼ਨ ਹੈ ਜੋ ਸਾ ਬਾਹਰ ਨਿਕਲੇ ਇਹ ਦੋ ਸਾਡੇ ਦੋਸਤ ਆਇਆ ਖੜੇ ਜੇ ਕੋ ਕਾਲ ਕੀਤੀ ਸੇ ਜਿਹਨੇ ਗੱਡੀ ਦਿਖਾਉਣੀ ਹੈ ਆਲ ਚੌਧਰੀ ਗੱਡੀ ਕਿੱਥਾਂ ਹੈ ਭਾਈ ਗੱਡੀ ਤਾਂ ਮਕਬੂਲ ਟਾਊਨ ਵਿੱਚ ਖੜੀ ਹੈ ਤੇ ਵਿਊਵਰ ਨਾ ਕੋ ਤੀਜੀ ਵੀਡੀਓ ਦੇ ਦੇ ਪਰ ਮੇ ਗੱਡੀ ਦੇ ਦੇ ਪੈ ਉਹ ਕੋ ਪੈਂਡਿੰਗ ਥੀਂਦੀ ਖੜੀ ਮਤਲਬ ਯਾ ਮੇਰੀ ਕਿਸਮਤ ਨਹੀਂ ਦੇ ਦੇ ਪੈ ਟੈਨਸ਼ਨ ਨਾ ਕਰੋ ਹਾਂ ਅੱਜ ਗੱਡੀ ਦੇ ਦੇ ਪੈ ਵਿਊਵਰ ਇਹਨਾਂ ਮੈਂ ਤੁਹਾਡੇ ਸਾ ਨਾ ਕੰਟੈਕਟ ਚ ਆਮੀ ਪਿਆ ਇਸੇ ਚੌਧਰੀ ਸਾਹਿਬ ਨਾਲ ਆਮੀ ਮੇਰਾ ਦੋਸਤ ਵੀ ਹੈ ਪਿਆ ਮਾਸ਼ਾਅੱਲਾ ਔਰ ਮੇਰੇ ਸ਼ਹਿਰ ਦਾ ਹੈ ਪਿਆ ਵਿਊਵਰ ਇਹ ਸਾਡੇ ਸ਼ਹਿਰ ਦੀ ਕਾਲੋਨੀ ਹੈ ਭਈ ਨਾ ਇੱਕ ਕਾਲੋਨੀ ਵਾਲਿਆਂ ਦੀ ਗੱਡੀ ਹੈ ਭਈ ਕਾਲੋਨੀ ਦੇ ਜਿਹੜੇ ਓਨਰ ਹਨ ਭਈ
ਚਲੋ ਇਹਨਾਂ ਦੇ ਦੋਸਤ ਨੇ ਸਾਰੇ ਵੀ ਦੋਸਤ ਨੇ ਲੇਕਿਨ ਮੈਂ ਇਹਨਾਂ ਕੋਲ ਆਖਿਆ ਮੈਂ ਕਿਹਾ ਗੱਡੀ ਸਾਕੋ ਚੈੱਕ ਕਰਵਾਏ ਤਾਂ ਐਂਟਰ ਕਰਾਂਦੇ ਪੈ ਕਲੋਨੀ ਦੇ ਵਿੱਚ ਠਹਿਰੀਏ ਆਪਣੀ ਸ਼ਨਾਖਤ ਕਰਵਾਏ ਜਿਨ੍ਹਾਂ ਦੀ ਗੱਡੀ ਹੈ ਨਾ ਉਹ ਸ਼ਾਨ ਐਕਸ ਵਾਲ ਉਹਨਾਂ ਦੇ ਘਰ ਪਹੁੰਚੇ ਖੜੇ ਇਹ ਸਾਹਮਣੇ ਵਾਲਾ ਮਾਸ਼ਾ ਅੱਲਾ ਘਰ ਹੀ ਹੈ ਬੜਾ ਖੂਬਸੂਰਤ ਜਿਹੀ ਖੂਬਸੂਰਤ ਜਿਹੀ ਕੋਠੀ ਵੇ ਪਈ ਕਿਤਨੀ ਪਿਆਰੀ ਲੁੱਕ ਦਿੰਦੀ ਪਈ ਮਾਸ਼ਾ ਅੱਲਾ ਓ ਵੈਲਕਮ ਵੈਲਕਮ ਬੈਕ ਜਨਾਬ ਸਾਹਮਣੇ ਉਹ ਸ਼ਾਨ ਐਕਸ 7 ਖੜੀ ਹੈ ਥਈ ਭਾਈ ਹੁਣੀ ਗੱਡੀ ਕੋ ਬਾਹਰੋਂ ਕੱਢੀ ਆਂਦਨ ਔਰ ਘਰ ਦੇ ਅੰਦਰ ਸੀਨ ਨਹੀਂ ਸੀ ਦਿਖਾਉਂਦੇ ਇਥਾ ਫੈਮਿਲੀ ਹੁੰਦੀ ਹੈ ਭਾਈ ਮਤਲਬ ਵੀਡੀਓ ਬਣਾਵਾ ਸਾ ਘਰ ਦੀ ਕੋ ਮਸਲਾ ਤਾਂ ਨਹੀਂ ਖੜੇ ਹਾਂ ਸਾਰੇ ਕੋ ਟੈਨਸ਼ਨ ਚਲੋ ਬਸ ਠੀਕ ਹੈ ਬਸ ਠੀਕ ਹੈ ਮੈਂ ਕਿ ਫੈਮਿਲੀ ਤੇ ਨਾ ਵੀਡੀਓ ਦਾ ਸੀਨ ਆਵੇ ਨਹੀਂ ਵਿੱਚ ਗੱਡੀ ਕੋ ਸੋਹਣਾ ਤਾਂ ਮੈਂ ਘਰ ਲੱਗਦਾ ਖੜਾ ਯਾਰ ਕਿਆ ਖੂਬਸੂਰਤ ਲੁੱਕ ਹੈ ਮਾਸ਼ਾ ਅੱਲਾ ਘਰ ਕਹਿਣਗੇ ਨਾ ਗੱਡੀ ਬੁਲਾ ਨਹੀਂ ਨਹੀਂ ਘਰ ਅੱਗੇ ਬੜਾ ਹੀ ਖੜੇ ਹੁਣ ਗੱਡੀ ਦਾ ਸ਼ੌਕ ਹੈ ਤਾਂ ਮਾਸ਼ਾ ਅੱਲਾ ਵੀਵਰ ਇਹ ਵਾਲੀ ਗੱਡੀ ਹੈ ਭਾਈ ਖਾਨ ਸਾਹਿਬ ਬਾਹਰ ਕੱਢੀ ਹਨ ਗੱਡੀ ਵਿੱਚੋਂ ਕਿਵੇਂ ਵੀ ਬਾਹਰੋਂ ਕਿਵੇਂ ਵੀ ਸਾਈਡ ਤੋਂ ਕਿਵੇਂ ਵੀ ਡਰਾਈਵ ਕਰਕੇ ਦੇਖਦੇ ਹਾਂ ਪਰ ਉਹ ਮੈਰੀ ਨੂੰ ਬੇਤਾਬ ਦਿਆ ਖੜਾ ਵਾ 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 ਬੈਕ ਲੁੱਕ ਜਿਹੜੇ ਨਾ ਵੀਵਰ ਇਹਦੀ ਫੁੱਲ ਪ੍ਰਾਡੋ ਵਾਲੀ ਹੈ ਭਾਈ ਹੈ ਬੈਕ ਦੇ ਰੂਸ ਲੈਂਸਰ ਹੈ ਨਾ ਇਹ ਫੇਕ ਹੈ ਓਰੀਜਨਲ ਨਹੀਂ ਇਹ ਵੈਸੇ ਖੂਬਸੂਰਤੀ ਕੀਤੇ ਨੇ ਪੈ ਓਰੀਜਨਲ ਲੈਂਸਰ ਫੇਕ ਹੈ ਨੇ ਪੈਂਦੇ ਮਾਸ਼ਾਅੱਲਾ 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 ਨਿਊ ਗਾੜੀ ਦੀ ਲੁੱਕ ਚੈੱਕ ਕਰੋ ਤੁਸੀਂ ਬਾਕੀ ਛੋੜੋ ਵੀਵਰ ਇਹਦੀ ਇਸੇ ਲੁੱਕ ਦਾ ਤਾਂ ਫੈਨ ਆ ਪਿਆ ਉਹ ਸ਼ਾਨ ਨੈਕਸਟ 7 ਦਾ ਮੈਂ ਇਹ ਫੁੱਲ ਪ੍ਰਾਡੋ ਵਾਲੀ ਲੁੱਕ ਦਿੰਦੀ ਵੇ ਵੱਡੀ ਗੱਡੀ ਵਾਲੀ ਲੁੱਕ ਦਿੰਦੀ ਵੇ ਆਮ ਜਿਹੜੀ ਮੈਂ ਨਾ ਪ੍ਰਾਈਸ ਉਹ 1 ਕਰੋੜ ਰੁਪਿਆ ਵੇ ਲੇਕਿਨ ਇਹ ਲੁੱਕ ਜਿਹੜੀ ਹੈ ਨਾ ਉਹ 2-3 ਕਰੋੜ ਵਾਲੀ ਗੱਡੀ ਵਾਲੀ ਹੈ ਇਹਦਾ ਟਾਇਰ ਫੁੱਲ ਪ੍ਰਾਡੋ ਵਾਲਾ ਹੈ ਪਿਆ ਮਜ਼ਾ ਆਏਗਾ ਦੇਦਾ ਇਹ ਮੈਂ ਨਾ ਚੈੱਕ ਕਰ ਦੋ ਮਾਸ਼ਾਅੱਲਾ ਪਹਿਲੇ ਵੀ ਵਾਰ ਤੁਹਾਨੂੰ ਦਿਖਾਣਾ ਮੈਂ ਬਾਹਰ ਦੀ ਲੁੱਕ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਅੰਦਰ ਦਾ ਲੁੱਕ ਦਿਖਾ ਸਾਂ ਇਹਦਾ ਜਿਹੜਾ ਟਾਇਰ ਹੈ ਨਾ ਬਾਕੀ ਸਾਰਿਆਂ ਗੱਜਾਂ ਕਨੇ ਵੱਡਾ ਹੈ ਪਿਆ ਮਤਲਬ ਫਾਰਚੂਨਰ ਕਰੇ ਵੀ ਇਹਦਾ ਟਾਇਰ ਵੱਡਾ ਹੈ ਪਿਆ ਸਿਵਿਕ ਗ੍ਰੈਂਡੀ ਟੋਇਟਾ ਇਹਨਾਂ ਸਾਰਿਆਂ ਕਨੇ ਇਹਦਾ ਟਾਇਰ ਵੱਡਾ ਹੈ ਪਿਆ ਇਹ ਵਾਲਾ ਹੁਣੇ ਪਤਾ ਨਹੀਂ 19 ਇਹ ਕਿਤਨਾ ਮੈਨੂੰ ਨਹੀਂ ਪਤਾ ਲੇਕਿਨ ਬਾਕੀ ਸਾਰਿਆਂ ਗੱਜਾਂ ਕਨੇ ਮੈਂ ਇਹਦਾ ਰਿਵਿਊ ਦੇਦਾ ਪਿਆ ਮੀ ਟਾਇਰ ਇਹਦਾ ਵੱਡਾ ਹੈ ਪਿਆ ਲਾਲ ਜਿਹਾ ਜਿਹੜਾ ਨਾ ਇੱਕ ਲਾਈਨ ਵੈਂਦੀ ਪੈਂਦੀ ਖੂਬਸੂਰਤੀ ਚ ਇਜ਼ਾਫਾ ਕਰੇਂਦੀ ਔਰ ਇਹਦੇ ਤੇ ਚੜਨ ਕੀਤੇ ਨਾ ਪਹਿਲੇ ਤੁਹਾਨੂੰ ਇਸ ਜਗ੍ਹਾ ਉੱਤੇ ਪੈਰ ਰੱਖਣਾ ਪਉਂਦਾ ਔਰ ਇਸ ਤੇ ਚੜ ਕੇ ਤੇ ਵੱਲ ਤੋਂ ਅੰਦਰ ਸੀਟ ਤੇ ਬਹੁ ਹੁਣ ਤੱਕ ਮੇਰੀ ਥੋੜੀ ਜਿਹੀ ਤਰੀਫਾਂ ਘਟਾਓ ਨਾ ਅਗਲੀ ਵੀਡੀਓ ਤੁਸੀਂ ਦਿਖਾਈ ਇਹਨਾਂ ਰੇਟ ਵਾਧੋ ਸੀ ਨਹੀਂ ਨਹੀਂ ਹੁਣ ਇਹ ਥੋੜੀ ਦਿਖਾਣਾ ਵੀ ਹੋਰ ਇਹਦੀ ਫਰੰਟ ਲੁੱਕ ਔਰ ਹਲਕੇ ਹਲਕੇ ਨਾ ਉਹ ਤੋਂ ਬਾਹਰ ਸ਼ਾਂਦੀ ਖੜੀ ਹੈ ਔਰ ਮਾਸ਼ਾਅੱਲਾ ਇਹਦੀ ਫਰੰਟ ਲੁੱਕ ਚੈੱਕ ਕਰੋ ਤੁਸੀਂ ਇਹਦੇ ਸਾਹਮਣੇ ਵੀਆਈਪੀ ਜੀ ਗ੍ਰਿਲੇ ਪੇ ਮਾਸ਼ਾਅੱਲਾ ਇਹ ਦੇਖੋ ਇਹਦੀ ਖੂਬਸੂਰਤੀ ਚ ਮਜ਼ੀਦ ਇਜ਼ਾਫਾ ਕਰੇਂਦੀ ਹੈ ਔਰ ਇਹ ਉਹ ਸ਼ਾਨ ਦਾਦਾ ਲੋਗੋ ਲਗਾ ਖੜੇ ਟੋਟਲ ਆਟੋ ਗੱਡੀ ਹੈ ਭਾਈ ਔਰ ਇਹ ਸਾਹਮਣੇ ਜਿਹੜਾ ਨਾ ਇਹ ਇਹਨਾਂ ਲਾਈਟਾਂ ਆਏ ਨੇ ਖੂਬਸੂਰਤੀ ਵਾਸਤੇ ਨਾ ਇਹ ਇਸ਼ਾਰੇ ਨੇ ਭਾਈ ਇਥਾਂ ਇਥਾਂ ਮੇਨ ਹੈਡ ਲਾਈਟਾਂ ਕੋਈ ਨਹੀਂ ਇਹਨਾਂ ਜਿਹੜਾ ਮੇਨ ਹੈਡ ਲਾਈਟਾਂ ਨਾ ਉਹ ਇਹ ਥੱਲੇ ਖੜੇ ਹੁੰਦੀਆਂ ਇਹ ਸਿਰਫ ਇਸ਼ਾਰੇ ਨੇ ਪੈਂਦੇ ਔਰ ਖੂਬਸੂਰਤੀ ਵਾਸਤੇ ਜਿਹੜਾ ਨਹੀਂ ਹੁੰਦਾ ਡੈਕੋਰੇਸ਼ਨ ਪੀਸ ਉਹ ਡੈਕੋਰੇਸ਼ਨ ਲਾਈਟਸ ਨੇ ਪਿਆ ਇਸ ਜਗ੍ਹਾ ਤੇ ਉਹ ਡਰਾਈਵਰ ਸਾਈਡ ਵਾਲੇ ਲੁੱਕ ਇਹ ਵੀ ਭਾਈ ਇਹਦੀ ਡਰਾਈਵਰ ਸਾਈਡ ਲੁੱਕ ਜਿਵੇਂ ਪ੍ਰਾਡੋ ਦੀ ਲੁੱਕ ਹੁੰਦੀ ਨਾ ਸੇਮ ਉਹ ਦੀ ਲੁੱਕ ਹੈ ਭਾਈ ਮਾਸ਼ਾਅੱਲਾ ਇਹਦੀ ਸਭ ਤੋਂ ਜ਼ਿਆਦਾ ਜਿਹੜਾ ਇਹਦੀ ਖੂਬਸੂਰਤੀ ਇਜ਼ਾਫਾ ਕਰਦੇ ਹਨ ਉਹ ਇਹਨਾਂ ਦੇ ਵੀਆਈਪੀ ਔਰ ਵੱਡੇ ਵੱਡੇ ਟਾਇਰ ਵੀਵਰ ਇਹ ਗੱਡੀ ਦੇ ਨਾ ਮੈਨੂੰ ਦੋ ਸਾਈਡਾਂ ਜ਼ਿਆਦਾ ਪਸੰਦ ਨੇ ਪਿਆ ਲੁੱਕ ਦੇ ਵਿੱਚ ਇੱਕ ਇਹਦੀ ਫਰੰਟ ਸਾਈਡ ਉਹ ਤਾਂ ਸਾਡੀ ਠੀਕ ਇਤਨੀ ਖੂਬਸੂਰਤ ਗ੍ਰਿਲ ਹੈ ਭਾਈ ਔਰ ਦੂਜੀ ਇਹਦੀ ਲੁੱਕ ਪਸੰਦ ਹੈ ਬੈਕ ਦੀ ਇਹ ਚੈੱਕ ਕਰੋ ਬੈਕ ਤੋਂ ਫੁੱਲ ਪ੍ਰਾਡੋ ਵਾਲੀ ਲੁੱਕ ਦਿੰਦੀ ਹੈ ਹਾਲਾਂਕਿ ਇਹਦੀ ਕੀਮਤ 1 ਕਰੋੜ ਹੈ ਲੇਕਿਨ ਜਿਹੜੀ ਬੈਕ ਦੀ ਲੁੱਕ ਹੈ ਉਹ 4 ਕਰੋੜ ਵਾਲੀ ਗੱਡੀ ਦੀ ਹੈ ਭਾਈ ਇਹ ਟੋਟਲ ਬੈਕ ਤੋਂ ਆਟੋ ਦੇ ਵਿੱਚ ਹੈ ਭਾਈ ਇਹ ਕੁਝ ਜਲੇ ਤੁਸੀਂ ਅਨਲੌਕ ਕਰਨਾ ਹੈ ਬਟਨ ਦਬਾਓ ਇਹ ਬਟਨ ਦਬਾਓ ਇਹ ਆਟੋਮੈਟਿਕਲੀ ਅਨਲੌਕ ਥੀ ਵੈਂਦੀ ਹੈ ਜਿਹੜੇ ਪਿਓ ਇਹ ਅਨਲੌਕ ਥੀ ਚੁੱਕੀ ਹੈ ਔਰ ਇਹਦੀ ਤੁਸੀਂ ਸਪੇਸ ਚੈੱਕ ਕਰੋ ਡਿੱਗੀ ਦੀ ਕਿਤਨੀ ਜ਼ਿਆਦਾ ਸਪੇਸ ਹੈ ਭਾਈ ਇੱਥਾਂ ਇਹਦੀ ਸਟੱਪਣੀ ਥੱਲੇ ਇਹ ਦੇਖੋ ਇਹਦਾ ਜਿਹੜਾ ਟਾਇਰ ਹੈ ਨਾ ਸਟੱਪਣੀ ਉਹ ਇਹਦੇ ਬਿਲਕੁਲ ਥੱਲੇ ਫਿੱਟ ਹੈ ਪਿਆ ਜਿਵੇਂ ਪ੍ਰਾਡੋ ਦੇ ਥੱਲੇ ਆਉਂਦੇ ਪਿਆ ਔਰ ਦੂਜੇ ਨੰਬਰ ਤੇ ਇਹਦੀ ਸਪੇਸ ਚੈੱਕ ਕਰੋ ਇੱਥਾਂ ਕਮ ਅਜ਼ ਕਮ 6 ਤੋਂ 7 ਬੈਗ ਆ ਸਕਦੇ ਨੇ ਤੁਹਾਡੇ ਮਤਲਬ ਖੁੱਲੀ ਡਿੱਗੀ ਪੈਂਦੀ ਤੁਸੀਂ ਅੱਗੇ ਨੂੰ ਵਲਾ ਇਹਦੀ ਜਿਹੜੀ ਇਹ ਡਿੱਗੀ ਕੋ ਅਗਰ ਥੱਲੇ ਕਰਨਾ ਤੁਸੀਂ ਤਾਂ ਲਾਜ਼ਮੀ ਨਹੀਂ ਤੁਸੀਂ ਛਿੱਕ ਕੇ ਥੱਲੇ ਕਰੋ ਵਲਾ ਤੁਸੀਂ ਬਟਨ ਦਬਾਓ ਇਹਦਾ ਇਹ ਸਾਹਮਣੇ ਖੜਾ ਦਿਆ ਇਹ ਬਟਨ ਦਬਾ ਦਿੱਤੇ ਅਸਾਂ ਖੁਦ ਬਖੁਦ ਥੱਲੇ ਆਉਂਦੀ ਪਈ ਤਾਂ ਇਹ ਆਪਸ਼ਨ ਜਿਹੜਾ ਨਾ ਸਾਕ ਹੋਂਡਾ ਸਿਵਿਕ ਦੇ ਵਿੱਚ ਵੀ ਕੋਈ ਨਹੀਂ ਮਿਲਦੇ ਹਾਲਾਂਕਿ ਇਹ ਇਹਦੀ ਪ੍ਰਾਈਸ ਤੇ ਹੋਂਡਾ ਸਿਵਿਕ ਦੀ ਪ੍ਰਾਈਸ ਸੇਮ ਸੇਮ ਹੈ ਭਾਈ ਹਾਲਾਂਕਿ ਸਿਵਿਕ ਮੇਰੇ ਖਿਆਲ ਇਹਦੇ ਕੋਲ ਜ਼ਿਆਦਾ ਮਹਿੰਗੀ ਹੋ ਸੀ ਲੇਕਿਨ ਇਹ ਹਾਲੇ ਨਵੀਂ ਨਵੀਂ ਲਾਂਚ ਤੇ ਨਾ ਪਾਕਿਸਤਾਨ ਦੇ ਵਿੱਚ ਇਸ ਵਜ੍ਹਾ ਤੋਂ ਹਾਲੇ ਸਸਤੀ ਹੈ ਭਾਈ ਤਾਂ ਹੁਣ ਇਹਦੇ ਵਿੱਚ ਪਹਿਲਾਂ ਅਸਾਂ ਐਂਟਰਸ ਕਰੇਨੇ ਔਰ ਐਂਟਰਸ ਵਾਸਤੇ ਇਹ ਸਮਾਰਟ ਐਂਟਰੀ ਹੈ ਭਾਈ ਅਗਰ ਤੁਹਾਡੇ ਕੋਲ ਚਾਬੀ ਹੈ ਨਾ ਚਾਬੀ ਨਹੀਂ ਕਿਤੇ ਚਾਬੀ ਸ਼ਾਇਦ ਨਹੀਂ ਗੱਡੀ ਦੇ ਵਿੱਚ ਪਈ ਹੋ ਸੀ ਨਾ ਅਗਰ ਤੁਹਾਡੇ ਕੋਲ ਚਾਬੀ ਮੌਜੂਦ ਹੈ ਤਾਂ ਤੁਸੀਂ ਜਿਹੜਾ ਨਾ ਇੱਥੋਂ ਬਟਨ ਬੇਸ਼ੱਕ ਨਾ ਦਬਾਓ ਇਹ ਗੱਡੀ ਅਨਲੌਕ ਥੀ ਵੈਸੇ ਜਿਹਲੇ ਕਰੀਬ ਆਸੋ ਨਾ ਖੁਦ ਬਖੁਦ ਗੱਡੀ ਅਨਲੌਕ ਥੀ ਵੈਸੇ ਤਾਂ ਫਿਲਹਾਲ ਇੱਕ ਬਟਨ ਦਬਾ ਕੇ ਅਸਾਂ ਮਾਸ਼ਾਅੱਲਾ ਮਾਸ਼ਾਅੱਲਾ ਇਹ ਤੁਸੀਂ ਐਂਟਰੀ ਚੈੱਕ ਕਰੋ ਕਿਤਨੇ ਪਿਆਰੇ ਲੁੱਕ ਹੈ ਭਾਈ ਗੇਟ ਚੈੱਕ ਕਰੋ ਗੇਟ ਤੋਂ ਕਿਤਨੇ ਇਹ ਸਾਰੇ ਆਪਸ਼ਨਸ ਨੇ ਪਿਆ ਮਾਸ਼ਾਅੱਲਾ ਇਹ ਸ਼ੀਸ਼ਿਆਂ ਵਗੈਰਾ ਦੇ ਔਰ ਇਹਦਾ ਜਿਹੜਾ ਕਲਰ ਹੈ ਨਾ ਉਹ ਬੜਾ ਕੈਚੀ ਹੈ ਪਿਆ ਮਤਲਬ ਡੀਸੈਂਟ ਕਲਰ ਹੈ ਪਿਆ ਕਰੀਮ ਕਲਰ ਕਿਆ ਸਰ ਇਸ ਕਿਹੜਾ ਕਲਰ ਤੁਸੀਂ ਪੜ੍ਹੇ ਲਿਖੇ ਕਰੀਮ ਕਲਰ ਹੈ ਪਿਆ ਕਾਫੀ ਕਲਰਾਂ ਦਾ ਸ਼ੇਡ ਹੈ ਪਿਆ ਪਹਿਲੀ ਦਫਾ ਇਹਦੀ ਸੀਟ ਤੇ ਬਾਨੇ ਆਲਟੋ ਭਾਈ ਹੋਣੀ ਕੁੜੀ ਤੀ ਜੁਲੋ ਭਾਈ ਅੱਛੀ ਕੀ ਜੁਲਦੇ ਆ ਸਭ ਦਾ ਬਰਾਬਰ
پسند پر مزے دی گالی نے سیٹا جڑے نا کول بھی تھینن تے ہاٹ بھی تھینن مطلب جڑی اے سی دی ٹھنڈی ہوا ہے اوتھے دے سیٹاں دے وچ وی تھکو محسوس تھی سی اے دیکھو ایڑا سیٹاں دے تے چھوٹے چھوٹے سوراخ ہیں نا جڑے اے گرمیاں دے وچ گرم تھی ویسن اور سردیاں دے وچ ٹھنڈے تھی ویسن کوئی چیز دا ویکھا دیکھے ਇਹਨਾਂ ਜਿਹੜੀਆਂ ਸੀਟਾਂ ਨਾ ਇਹ ਆਟੋ ਇਲੈਕਟ੍ਰਿਕ ਕਹਿਣ ਪਿਆ ਮਤਲਬ ਸੀਟਾਂ ਉੱਚੇ ਜਿਹੀਆਂ ਕਰਨ ਵਾਸਤੇ ਤੁਸੀਂ ਇਹਨਾਂ ਸੀਟਾਂ ਉੱਤੇ ਤਲੇ ਕਰਨੀਆਂ ਹੋਵਨ ਨਾ ਤਾਂ ਕੋ ਜਿਵੇਂ ਸਿਵਿਕ ਦਾ ਨਾ ਇੱਕ ਹੈਂਡਲ ਹੈ ਉਹ ਛਿੱਕੋ ਤੇ ਵੱਲ ਉੱਤੇ ਤੇ ਥੀਨੇ ਲੇਕਿਨ ਇਹਨਾਂ ਸੀਟਾਂ ਆਟੋ ਇਨ ਪਿਆ ਇਲੈਕਟ੍ਰਿਕ ਇਨ ਪਿਆ ਇਹ ਦੇਖੋ ਇਹ ਬਟਨ ਇਨ ਪੇ ਇਹ ਬਟਨ ਕੋ ਦਬਾਓ ਤੁਸੀਂ ਉੱਤੇ ਇਹ ਦੇਖੋ ਇਹ ਸੀਟ ਉੱਤੇ ਤੇ ਥੀਨੀ ਪਈ ਇਹ ਦੇਖੋ ਅੱਗੋ ਤੇ ਥੀਨੀ ਪਈ ਥੋੜਾ ਸਾ ਪਿੱਛਾ ਕਰੇ ਨੇ ਇਹ ਤਲੇ ਕਿਵੇਂ ਅੱਛਾ ਇਹ ਹੁਣ ਪਿੱਛਾ ਆਦੀ ਪਈ ਸੀਟ ਦੇ ਦੇਖੋ ਹੁਣ ਅਗਰ ਇਹ ਜਿਹੜਾ ਇਹ ਸਾਹਮਣੇ ਵਾਲੀ ਇਹ ਪਈ ਇਹ ਕੋ ਸਾ ਅੱਗਾ ਪਿੱਛਾ ਕਰਨੇ ਤਾਂ ਵਾਲ ਇਹ ਵਾਲਾ ਬਟਨ ਇਕੋ ਅੱਗਾ ਪਿੱਛਾ ਕਰੇ ਸੋ ਦੇਖੋ ਇਹ ਦੇਖੋ ਇਹ ਦੇਖੋ ਸੀਟ ਅੱਗਾ ਆਦੀ ਪਈ मतलब सीटा भी टोटल आटो इलेक्ट्रिक कैन पे आई ना और इंदे ऑप्शंस जड़े ना अजन मैको इंदे सारे ऑप्शन दा पत्ता ही कोई नहीं वे ठीक है ई तो अलावा इंदा सनरूफ देख कितना वड़ा मिलो सनरूफ चेक करो मेरी कोठी दा सनरूफ भाई शाबाश ये ताले ए जड़ी विंडो है ना ए वेंदी पे ये चेक करो ए सारी वने डो तोड़ तक सनरूफ ही वे व्यूअर ओए होए मजे वाली गडे यार ਉਹ ਤੱਕ ਸਨ ਰੋਸ਼ੀ ਵੇ ਮੇਨ ਬਈ ਚੀਜ਼ ਚੈੱਕ ਕਰ ਕੰਪਨੀ ਨੇ ਟਿਸ਼ੂ ਹੀ ਦਿੱਤੇ ਹਨ ਚੱਬਲ ਟਿਸ਼ੂ ਤਾਰ ਬੰਦਾ ਆਪਣਾ ਗਿੰਦਾ ਡੀ ਸ਼ੇਪ ਦਾ ਸਟੇਰੰਗ ਹੈ ਪਿਆ ਇਹਦੇ ਤੁਸੀਂ ਇਹਦੇ ਉੱਤੇ ਆਪਸ਼ਨਸ ਚੈੱਕ ਕਰੋ ਇਹ ਕਾਫੀ ਸਾਰੇ ਆਪਸ਼ਨਸ ਇਨ ਪੇ ਇਹਨਾਂ ਦਾ ਮੈਨੂੰ ਪਤਾ ਕੋਈ ਨਹੀਂ ਆਪਸ਼ਨਸ ਕਿਵੇਂ ਕਿਵੇਂ ਕੰਟਰੋਲ ਥੀਨਨ ਹਾਲਾਂਕਿ ਇਹਦੇ ਇਤਨੇ ਜ਼ਿਆਦਾ ਆਪਸ਼ਨਸ ਇਨ ਪੇ ਇਡੂ ਵੀ ਆਪਸ਼ਨ ਇਨ ਪੇ ਇਡੂ ਵੀ ਆਪਸ਼ਨ ਇਨ ਪੇ ਇਥਾ ਕਰੂਜ਼ ਕੰਟਰੋਲ ਵੀ ਹੈ ਪਿਆ ਮਤਲਬ ਖੁਦ ਆਟੋ ਡਰਾਈਵ ਕਰੇ ਸੀ ਮਤਲਬ ਖੁਦ ਰੇਸ ਕੰਟਰੋਲ ਕਰੇ ਸੀ ਔਰ ਬਾਕੀ ਵੀ ਢੇਰ ਸਾਰੇ ਆਪਸ਼ਨ ਇਨ ਪੇ ਜਿਨ੍ਹਾਂ ਦਾ ਮੈਨੂੰ ਨਹੀਂ ਪਤਾ ਸਾਹਮਣੇ ਦੀ ਸਕਰੀਨ ਚੈੱਕ ਕਰੋ ਤੁਸੀਂ ਕਿੰਨੀ ਵੱਡੀ ਸਕਰੀਨ ਹੈ ਪਈ ਔਰ ਇਹ ਜਿਤਨੇ ਸਾਰੇ ਇਨ ਪੇ ਨਾ ਬਟਨ ਹੈ ਟੱਚ ਦੇ ਵਿੱਚ ਇਨ ਪੇ ਤੁਸੀਂ ਅਗਰ ਕੋਈ ਦੀ ਹਵਾ ਕੰਟਰੋਲ ਕਰਨੀ ਹੈ ਏਸੀ ਕੰਟਰੋਲ ਕਰਨਾ ਹੈ ਸਾਹਮਣੇ ਟੱਚ ਬਟਨ ਇਥੋਂ ਕੰਟਰੋਲ ਕਰੇ ਸੋ ਆਟੋ ਤੇ ਲਾਓ ਏਸੀ ਤੇ ਲਾਓ ਇਹ ਬਈ ਵੀ ਢੇਰ ਆਪਸ਼ਨ ਇਨ ਪੇ ਜਿਨ੍ਹਾਂ ਦਾ ਮੈਨੂੰ ਪਤਾ ਕੋਈ ਨਹੀਂ ਵੀਵਰ ਤਾਂ ਇਹ ਟੋਟਲ ਆਟੋ ਇਨ ਪੇ ਹੁਣ ਤੁਸੀਂ ਆ ਵਣੋ ਤੱਲੇ ਇਹ ਸਾਹਮਣੇ ਵਾਲੇ ਘਰ ਤੁਸੀਂ ਖੋਲਣੀ ਹੈ ਨਾ ਇਹ ਵੀ ਸਪੇਸ ਇੱਥੇ ਤਾਂ ਮੋਬਾਈਲ ਚਾਰਜਿੰਗ ਤੇ ਲਾ ਸਕਦੇ ਵੇ ਤੁਹਾਡਾ ਮੋਬਾਈਲ ਅਗਰ ਵਾਇਰਲੈਸ ਚਾਰਜਿੰਗ ਹੈ ਨਾ ਉਹ ਵੀ ਇਥੇ ਰੱਖੋ ਆਟੋਮੈਟਿਕ ਚਾਰਜ ਹੋਣਾ ਸਟਾਰਟ ਥੀ ਸਿੰਦਰ ਕਿੰਦਾ ਦਬਾਓ ਇਹ ਖੋਲ ਗਿਆ ਇੱਕ ਮੈਂ ਚੈੱਕ ਕਰਨਾ ਤੁਸੀਂ ਨਹੀਂ 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 ਮੋਬਾਈਲ ਆਲਾ ਨਹੀਂ ਯਾਰ ਮੈਂ ਗਲਤ ਹੋ ਦਸਾ ਗਿਆ ਇਹਦੇ ਗਲਾਸ ਲੱਗਣਾ ਇਹ ਦੇਖੋ ਇੱਥੇ ਤੁਸੀਂ ਗਲਾਸ ਕੱਪ ਇਨ ਪੇ ਗਲਾਸ ਹੋਲਡਰ ਕੱਪ ਹੋਲਡਰ ਇਨ ਪੇ ਇੱਥੇ ਗਲਾਸ ਰੱਖ ਸਕਦੇ ਵੇ ਮੈਂ ਇੱਕ ਸ਼ਾਇਦ ਮੋਬਾਈਲ ਚਾਰਜ ਲਾਇਆ ਪਿਆ ਔਰ ਇਹ ਦੋ ਆਪਸ਼ਨ ਇਨ ਪੇ ਪਾਰਕਿੰਗ ਦਾ ਰਿਵਰਸ ਦਾ ਐਂਡ ਦਾ ਨਿਊਟਰਲ ਮਤਲਬ ਡੀ ਨਾਲ ਡਰਾਈਵ ਔਰ ਇਹ ਆਪਸ਼ਨ ਕਿਸ ਦੇ ਇਨ ਪੇ ਇਹ ਸੀਟ ਅੱਛਾ ਸੀਟਾਂ ਇਹ ਸੀਟ ਜਿਹੜੀ ਹੈ ਨਾ ਮਤਲਬ ਤੁਸੀਂ ਕੂਲ ਕਰਨਾ ਚਾਹੋ ਤੇ ਇਹ ਬਟਨ ਦਬਾਓ ਸੀਟ ਕੂਲ ਥੀ ਵੈਸੀ ਅਗਰ ਇਹ ਬਟਨ ਦਬੈ ਸੋ ਸੀਟ ਦੇ ਉੱਤੇ ਪਿਓ ਫੈਨ ਬਣਿਆ ਖੜੇ ਤੇ ਇਹ ਬਟਨ ਦਬੈ ਸੋ ਸੀਟ ਚ ਹਵਾ ਆਸੀ ਔਰ ਇਹ ਬਟਨ ਦਬੈ ਸੋ ਪਤਨੀ ਕਿਸ ਦੇ ਮੈਨੂੰ ਨਹੀਂ ਪਤਾ ਇਹ ਵੀ ਆਪਸ਼ਨ ਹੈ ਕੋਈ ਆਟੋ ਹੋਲਡ ਹੈ ਪਿਆ ਇਹ ਬਟਨ ਇਹ ਬ੍ਰੇਕ ਹੀ ਵੇ ਹੋਲਡ ਬ੍ਰੇਕ ਮਤਲਬ ਤੁਸੀਂ ਦਬਾ ਦੇਸੋ ਤਾਂ ਗੱਡੀ ਦੀ ਬ੍ਰੇਕ ਲੱਗਵੇ ਸੀ ਜਿਵੇਂ ਸਾਡਾ ਸਿਵਿਕ ਦਾ ਇਹ ਪਿਆ ਮਤਲਬ ਕੁਝ ਕੁਝ ਆਪਸ਼ਨ ਸਾਡੇ ਸਿਵਿਕ ਵਾਲੇ ਹਨ ਪਏ ਇਹ ਸ਼ੀਸ਼ੇ ਦਾ ਕੋਈ ਫੰਕਸ਼ਨ ਹੈ ਇਹ ਬਟਨ ਅਗਰ ਤੁਸੀਂ ਦਬਾ ਦੇਸੋ ਵਲ ਸ਼ੀਸ਼ਾ ਤੁਸੀਂ ਇਡੂ ਦੇ ਨਾਲ ਕਰ ਸੰਗਸੋ ਅਗਰ ਇਥ ਕਰਕੇ ਤੁਸੀਂ ਇਹ ਬਟਨ ਦਬਾ ਦਿੱਤਾ ਸ਼ੀਸ਼ਾ ਤੁਹਾਡਾ ਇਡੂ ਦੇ ਨਾਲ ਖੁੱਲਸੀ ਅੱਛਾ ਇੱਕ ਜਗ੍ਹਾ ਤੇ ਫਿਕਸ ਸੀ ਵੈਸੇ ਭਾਵੇਂ ਤਰੋੜ ਸੱਟੋ ਔਰ ਇਡੂ ਇਹ ਬਚਣ ਨੇ ਤੁਹਾਡੇ ਡੋਰ ਦੇ ਇਹ ਮਤਲਬ ਜਿਹੜੇ ਖੁੱਲਸੀ ਲਾਈਟ ਵਗੈਰਾ ਆਨ ਥੀ ਵੈਸੇ ਇਹ ਡੋਰ ਦੇਨ ਪਏ ਇਹ ਲਾਈਟਾਂ ਦੇਨ ਪਏ ਔਰ ਇਥਾ ਇੱਕ ਐਨਕ ਦਾ ਇਹ ਹੀ ਹੈ ਪਿਆ ਇਹ ਕਿਵੇਂ ਖੁੱਲਸੀ ਮੇਰੀ ਯਾਰ ਮੈਰੇ ਕਿਨੇ ਪੁੱਛੋ ਤੁਸੀਂ ਅਨਪੜ੍ਹ ਇੱਥਾ ਤੁਸੀਂ ਐਨਕ ਰੱਖ ਸਕਦੇ ਵੇ ਨਾ ਆਪਣੀ ਐਨਕ ਰੱਖ ਕੇ ਵਾਲੇ ਕੋ ਤੁਸੀਂ ਬੰਦ ਕਰ ਦਿਓ ਹੁਣ ਤੁਸੀਂ ਇਹ ਚੈੱਕ ਕਰੋ ਜਿਹੜਾ ਐਨਕ ਵਾਲਾ ਆਪਸ਼ਨ ਇਹ ਬੜਾ ਲਗਜ਼ਰੀ ਗੱਡੀਆਂ ਜਿਹੜੀਆਂ ਹੁੰਦੀਆਂ ਨਾ ਲਗਜ਼ਰੀ ਉਹਨਾਂ ਗੱਡੀਆਂ ਦੇ ਵਿੱਚ ਆਪਸ਼ਨ ਹੁੰਦੇ ਲੇਕਿਨ ਇਹਦੇ ਵਿੱਚ ਹੈ ਪਿਆ ਕਿ ਛੋੜੋ ਵੀਵਰ ਤੁਸੀਂ ਇਹਦਾ ਸਾਹਮਣੇ ਦਾ ਇੰਟੀਰੀਅਰ ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ ਇਹ ਚੈੱਕ ਕਰੋ ਹੁਣ ਇੱਕ ਇਹਦੀ ਸਪੇਸ ਚੈੱਕ ਕਰੋ ਤੁਸੀਂ ਗੰਦੀ ਬਾਤ ਸਪੇਸ ਇਹਦੇ ਥੋੜੀ ਹੈ ਵੀਵਰ ਲੈਟਰ ਮੈਟਰ ਇਹਦੇ ਥੋੜੀ ਜਾ ਹੈ ਇਹਦੇ ਥੋੜੀ ਜਾ ਹੈ ਪੈ ਨਾ ਜਿਹੜਾ ਇਹਦਾ ਡੈਸ਼ਬੋਰਡ ਹੈ ਬਾਕੀ ਜਗ੍ਹਾ ਤੇ ਸਪੇਸ ਫੁੱਲ ਭਰੀ ਹੋਈ ਹੈ ਲੇਕਿਨ ਇਹਦੇ ਡੈਸ਼ਬੋਰਡ ਤੇ ਸਪੇਸ ਥੋੜੀ ਹੈ ਪਈ ਤਾਂ ਹੁਣ ਵੀਵਰ ਢੇਰ ਗਾਲੀ ਨਹੀਂ ਸੇ ਕਰੇਂਦੇ ਹੁਣ ਇਹ ਕੋ ਡਰਾਈਵ ਕਰੇ ਨੇ ਔਰ ਚਲਾ ਕੇ ਦੇ ਦੇ ਕਿ ਇਹਦੀ ਡਰਾਈਵ ਕਿਸੀ ਹੈ ਪਈ ਤਾਂ ਮੇਰੀ ਹੁਣ ਇਹ ਲਾਈਟਾਂ ਬਾਹ ਲੈਨੇ ਲਾਈਟਾਂ ਐਲਈਡੀ ਲਾਈਟਾਂ ਨੇ ਪਏ ਤਾਂ ਸਾਈਡ ਤੋਂ ਉਹ ਪਿੱਛੋਂ ਵੀ ਲਾਈਟਾਂ ਲੱਗੀਆਂ ਹਨ ਇੱਕ ਉਦੋਂ ਲੱਗੀ ਹੋਈ ਹੈ ਇੱਕ ਇਹ ਸਾਈਡ ਤੋਂ ਲੱਗੀ ਹੋਈ ਹੈ ਪੂਰੀ ਛੱਤ ਖੁੱਲਦੀ ਹੈ ਔਰ ਇੱਕ ਛੱਤ ਕਿਵੇਂ ਖੁੱਲਦੀ ਮੇਰੀ ਗੱਡੀ ਬੰਦ ਹੈ ਨਾ ਇੱਕ ਮਿੰਟ ਖੜੋ ਬਿਸਮਿਲਾ ਪੜ ਕੇ ਗੱਡੀ ਸਟਾਰਟ ਕਰੇ ਨੇ ਬਿਸਮਿਲਾ ਪੜ ਕੇ ਤੇ ਵੀਵਰ ਗੱਡੀ ਸਟਾਰਟ ਕਰੇ ਨੇ ਇਹ ਮੀਟਰ ਦੇ ਸਾਹਮਣੇ ਤੁਸੀਂ ਲੁੱਕ ਚੈੱਕ ਕਰੋ ਕਿੰਨਾ ਖੂਬਸੂਰਤ ਸਾਹਮਣੇ ਦਾ ਵਿਊ ਆਉਂਦਾ ਪਿਆ ਵੇ ਇਹਦੇ ਮੀਟਰ 'ਚ ਸੂਈ ਕੋਈ ਨਹੀਂ ਦੇਖੋ ਰੇਸ ਦੇਸਾਂ ਇਹ ਦੇਖੋ ਸਕਰੀਨ ਦੇ ਉੱਤੇ ਨਾ ਉਹ ਨਿਸ਼ਾਨ ਬਣਦਾ ਖੜੇ ਬਾਕੀ ਇਹਦੇ ਮੀਟਰ ਸੂਈ ਵਾਲਾ ਸੀਨ ਕੋਈ ਨਹੀਂ ਕਿਉਂਕਿ ਜਿਹੜੇ ਪੁਰਾਣੇ ਗੱਡੀਆਂ ਨਾ ਜਿਵੇਂ ਕਿ ਸਾਡੀ ਸਿਵਿਕ ਹੁੰਦੇ ਸੂਈ ਵਾਲਾ ਨਿਸ਼ਾਨ ਹੈ ਇਹਦੇ ਸੂਈ ਕੋਈ ਨਹੀਂ ਕਿਉਂਕਿ ਇਹ ਲੇਟੈਸਟ ਗੱਡੀ ਹੈ ਭਾਈ ਇਹਦਾ ਮੀਟਰ ਦੇ ਲਾਈਟ ਹੀ ਚੇਂਜ ਥੀ ਮੈਂ ਦੀ ਮਤਲਬ ਆਪਸ਼ਨ ਚੇਂਜ ਥੀ ਨਾ ਜੀ ਅਜ ਮੈਂ ਰੈੱਡ ਹੈ ਨਾ ਇਹ ਗ੍ਰੀਨ ਕਰ ਸੰਦੇ ਸਾਂ ਕੋਈ ਵੀ ਉਹ ਕਿਵੇਂ ਥੀ ਸੀ ਉਹ ਜੋ ਸਾਈਡ ਟੂ ਖੜੇ ਦੇ ਆਪਸ਼ਨ ਕਿਥੋਂ ਇਹ ਉੱਪਰ ਉੱਪਰ ਬੇਬੀ ਇਹ ਕੋਦਾ ਕਹਿਣ ਅੱਗੇ ਹੈ ਨਹੀਂ ਨਹੀਂ ਹਾਲੇ ਅੰਦਰ ਦੇ ਚੈਕਿੰਗ ਕਰਨ ਦੇ ਬੈਠੇ ਹਾਂ ਹੈਂਡ ਬ੍ਰੇਕ ਦੇ ਥੱਲੇ ਕਰਕੇ ਹਾਂ ਹਾਂ ਪਤਾ ਹੈ ਮੈਨੂੰ ਪਤਾ ਹੈ ਸਾਰਾ ਇਹਦਾ ਇਹਦਾ ਸ਼ੀਸ਼ਾ ਕਿਵੇਂ ਪੇਰ ਥੀ ਸੀ ਵੀਵਰ ਇਹ ਟੋਟਲ ਆਟੋ ਹੈ ਨਾ ਵੀਵਰ ਇਹਦਾ ਸ਼ੀਸ਼ਾ ਜਿਹੜਾ ਨਾ ਸਾਹਮਣੇ ਲਾ ਧੁੰਦਲਾ ਥਿਆ ਖੜਾ ਨਾ ਅਸਾਂ ਇਹ ਬਟਨ ਦੇ ਬੈਸੂ ਇਹਦਾ ਸ਼ੀਸ਼ਾ ਆਟੋਮੈਟਿਕਲੀ ਸਾ
ਇਹ ਦੇਖੋ ਸ਼ੀਸ਼ਾ ਸਾਫ਼ ਥੀਨਾ ਸਕਿੰਟਾ ਸ਼ੀਸ਼ਾ ਸਾਫ਼ ਥੀਨਾ ਪਏ ਇਹ ਦੇਖੋ ਧੁੰਦ ਤੁਹਾਡੀ ਮਿੰਟਾਂ ਦੇ ਵਿੱਚ ਖਤਮ ਇਹਦੇ ਸ਼ੀਸ਼ੇ ਜਿਹੜੇ ਨਾ ਹੀਟ ਥੀ ਕੇ ਤੇਲਾ ਸਾਫ਼ ਥੀ ਵੈਂਦਨ ਠੱਡਾ ਥੀ ਕੇ ਹਾਂ ਦੇਖੋ ਸ਼ੀਸ਼ਾ ਤੁਹਾਡਾ ਬਿਲਕੁਲ ਸਾਫ਼ ਥੀ ਚੁੱਕਾ ਹੈ ਵੀਵਰ ਹਾਂ ਦੱਸੋ ਹਾਲ ਗੱਡੀ ਮਜ਼ੇ ਦੀ ਹੈ ਜਾਂ ਕੋਈ ਨਾ ਇਹਦੇ ਆਪਸ਼ਨ ਜਿਹੜੇ ਨਾ ਉਹ ਮਜ਼ੇਦਾਰ ਹਨ ਯਾਰ ਲੋਕ ਹਾਂ ਮੁਕ ਦੀ ਗਾ ਸ਼ਮੀ ਮੁਕਾਂ ਗੱਡੀ ਖਿੰਦੇ ਪਏ ਨਾ ਇਵੇਂ ਨਾ ਹੁਣ ਬਿਸਮਿਲ੍ਲਾ ਪੜ ਕੇ ਵੀਵਰ ਇਹਦੀ ਪਹਿਲੀ ਦਫਾ ਡਰਾਈਵ ਕਰੇ ਨੇ ਉਹ ਮੇਰੀ ਤੂੰ ਕੈਮਰਾਮੈਨ ਕਰ ਮੇਰੀ ਇੱਕ ਕਲਚ ਦਬਾ ਕੇ ਆਪਾਂ ਕਰਦੇ ਪਏ ਡਰਾਈਵ ਔਰ ਦੇਖਦੇ ਹਾਂ ਕਿ ਇਹ ਗੱਡੀ ਡਰਾਈਵ ਵਿੱਚ ਕੈਸੀ ਹੈ ਭਾਈ ਵੀਵਰ ਤੁਸੀਂ ਇਹਦੇ ਕੈਮਰੇ ਦੇ ਆਪਸ਼ਨ ਚੈੱਕ ਕਰੋ ਇੱਥੋਂ ਤਾਂ ਥੋੜੀ ਖੈਂਦਾ ਪੈਣਾ ਬੈਕ ਦਾ ਕੈਮਰਾ ਇਹਦਾ ਫਰੰਟ ਦਾ ਕੈਮਰਾ ਵੀ ਚੱਲਦਾ ਵੀ ਔਰ ਇਹਦੇ ਬੈਕ ਦਾ ਕੈਮਰਾ ਚੱਲਦਾ ਲੇਕਿਨ ਇਹ ਨਾ ਇਹਦੇ ਉੱਤੋਂ ਦਾ ਕੈਮਰਾ ਹੈ ਪਏ ਦੇਖੋ ਨਾ ਇਹਦੇ ਗੱਡੀ ਥੋੜੀ ਖੈਸੀ ਵੀ ਉੱਤੋਂ ਥੋੜੀ ਕੈਸੇ ਨਜ਼ਰ ਆਉਂਦੇ ਪਏ ਸਾਈਡ ਤੋਂ ਕਿਆ ਹੈ ਬੈਕ ਤੋਂ ਕਿਆ ਹੈ ਫਰੰਟ ਤੋਂ ਕਿਆ ਹੈ ਲਿਖਾਏ ਹੁਣ ਮੈਂ ਗੱਡੀ ਕੋ ਨਾ ਅੱਗਾ ਪਿੱਛਾ ਕਰਦਾ ਪਿਆ ਇਹਦੇ ਚੈੱਕ ਕਰੋ ਤੁਸੀਂ ਆਪਸ਼ਨ ਚੈੱਕ ਕਰੋ ਤੁਸੀਂ ਮਤਲਬ ਇੱਡੂ ਤੁਹਾਡੀ ਗੱਡੀ ਬਿਲਕੁਲ ਬਾਹਰੋਂ ਵੀ ਨਜ਼ਰ ਆਸੀ ਮਲੂਮ ਸੀ ਕਿ ਗੱਡੀ ਦੀ ਛੱਤ ਦੇ ਉੱਤੇ ਕੈਮਰਾ ਲਗਾ ਖੜਾ ਹੈ ਔਰ ਗੱਡੀ ਤੋਂ ਕਲੀਅਰ ਨਜ਼ਰ ਆਸੀ ਲਾਈਟ ਆਨ ਕਰ ਦਿੱਤੀ ਸੀ ਆਟੋ ਕਰ ਲਾਈਟ ਕਿ ਹਾਂ ਲਾਈਟ ਆਨ ਸੀ ਚੁੱਕਾ ਔਰ ਇੱਡੂ ਜਿਹੜਾ ਨਾ ਇਹ ਬਟਨ ਦਬਾ ਕੇ ਸਾ ਸ਼ੀਸ਼ਾ ਸਾਫ਼ ਕਰਨੇ ਕਿਉਂਕਿ ਸ਼ੀਸ਼ਾ ਵਲਾ ਧੁੰਦਲਾ ਠੀਕ ਹੈ ਕਿਉਂਕਿ ਅਸਾਂ ਖੜੇ ਜੋ ਹੈ ਨਾ ਉਹ ਤੋਂ ਬਾਹਰੋਂ ਬਾਰਿਸ਼ ਆਂਦੀ ਖੜੀ ਔਰ ਬਾਰਿਸ਼ ਦੀ ਵਜ੍ਹਾ ਤੋਂ ਨਾ ਵਿੱਚ ਅੰਦਰ ਸਮੋਗ ਬਣਦਾ ਪਏ ਔਰ ਧੁੰਦ ਬਣਦੀ ਰਹਿੰਦੀ ਹੈ ਤਾਂ ਹੁਣ ਬਟਨ ਦਬਾਏ ਮੈਂ ਦੇਦੇ ਪਏ ਸਾਹਮਣੇ ਸ਼ੀਸ਼ਾ ਮਿੰਟਾਂ ਦੇ ਵਿੱਚ ਸਾਫ਼ ਥੀ ਚੁੱਕਾ ਸਿਰਫ ਇੱਕ ਟੱਚ ਬਟਨ ਦਬਾਉਣ ਨਾਲ ਹੈ ਵਾ ਟੈਕਨੋਲੋਜੀ ਐਡਵਾਂਸ ਹੈ ਪਈ ਇਸ ਗੱਡੀ ਦੇ ਬਿਸਮਿਲ੍ਲਾ ਪੜ ਕੇ ਬਾਲ ਨਾ ਨਹੀਂ ਕਰੋ ਓ ਕੀ ਆਊਟ ਕਲਾਸ ਗੱਡੀ ਹੈ ਯਾਰ ਸੀਟ ਬੈਕ ਕਮਾਲ ਕਮਾਲ ਉਸਤਾਦ ਦੱਬੀ ਜੋਲੀ ਮੈਂ ਪਰਦੇ ਘਰ ਦੋ ਘਰ ਦੋ ਅਗਲੇ ਕੁਟੇ ਸੇ ਨਹੀਂ ਸਹੀ ਓਕੇ ਦੇ ਦੇ ਸਾਹਮਣੇ ਲਾਈਟਾਂ ਚੈੱਕ ਕਰੋ ਲਾਈਟਾਂ ਵੀ ਆਊਟ ਕਲਾਸ ਹਨ ਪਈ ਲਾਈਟ ਸਗਲਾ ਚੇਂਜ ਕਰ ਹੁਣ ਲਾਈਟ ਉੱਤੇ ਝੁਕੀ ਥੀ ਨਹੀਂ ਪਈ ਹਾਂ ਉਹ ਤਾਂ ਮੈਂ ਦੇਖੋ ਲਾਈਟ ਅੱਗੋਂ ਅਸਾਂ ਉੱਚੀ ਝੁਕੀ ਵੀ ਕਰ ਸਕਦੇ ਜਿਵੇਂ ਮੋਟਰਸਾਈਕਲ ਦੀ ਅਸਾਂ ਹੱਥ ਨਾਲ ਕਰੇ ਨੇ ਨਾ ਲੇਕਿਨ ਇਹਦਾ ਇਥਾ ਬਟਨ ਹੈ ਪਿਓ ਬਟਨ ਦਬਾਓ ਲਾਈਟ ਅੱਗੋਂ ਉੱਚੀ ਝੁਕੀ ਥੀ ਵੈਂਦੀ ਹੁਣ ਦਿਖਾਇਆ ਤੇਰਾ ਲਾਈਟ ਅੱਗ ਉੱਚੀ ਥੀ ਵੈਸੀ ਇਹ ਹੁਣ ਦੇਖੋ ਸਾਹਮਣੇ ਵਾਲੇ ਘਰ ਤੇ ਦੇਖੋ ਲਾਈਟ ਕੋ ਨਹੀਂ ਪਉਂਦੀ ਪਈ ਲੇਕਿਨ ਹੁਣ ਮੈਂ ਉੱਚੀ ਕਰੇ ਸਾਂ ਲਾਈਟ ਪੋਸੀ ਉੱਤੇ ਦੇਖ ਹੁੰਦੇ ਹੁੰਦੇ ਉਹ ਦੇਖ ਸਾਹਮਣੇ ਵਾਲੇ ਘਰ ਦੇ ਉੱਤੇ ਲਾਈਟ ਪਉਂਦੀ ਪਈ ਹੈ ਗੱਡੀ ਥੋੜੀ ਟਰੇਨ ਦੇ ਪਏ ਔਰ ਇਹ ਦੇਖ ਗੱਡੀ ਦੀ ਪਿਕ ਕੈਸੀ ਹੈ ਥਾਰਾ ਗੱਡੀ ਕੜਕਾਰਾ ਕੱਢਦੀ ਹੈ ਇਹ ਤੱਕ ਕਿ ਗੱਡੀਆਂ ਚਾਹ ਚੁੱਕ ਤੇ ਬਲਾ ਹੈ ਗੱਡੀ ਹੈ ਜ਼ਰੇ ਬਟਨ ਦਬਾਇਆ ਮੀ ਵੀਵਰ ਪ੍ਰਾਈ ਗੱਡੀ ਮੈਨੂੰ ਡਰ ਲੱਗਦਾ ਕਿਉਂਕਿ ਆਪਣੀ ਗੱਡੀ ਕੋ ਬੰਦਾ ਆਪਣੀ ਗੱਡੀ ਕੋ ਬੰਦਾ ਰੇਸ ਦੇਵੇ ਨਾ ਟੈਨਸ਼ਨ ਨਹੀਂ ਥੀ ਲੇਕਿਨ ਪ੍ਰਾਈ ਗੱਡੀ ਦੀ ਰੇਸ ਦੇ ਵਰਤੇ ਟੈਨਸ਼ਨ ਥੀਂਦੀ ਹੈ ਅੱਛਾ ਏਸੀ ਦੀ ਕਤਰਾ ਸਪੀਡ ਕਰਦਾ ਮੈਂ ਬੰਦਾ ਨੰਦੋੜਾ ਲੱਗਾ ਬੈਠਾ ਤੇਰੇ ਜਿਹਾ ਬੰਦਾ ਕਿੱਥਾਂ ਗੱਜਾਂ ਦੇ ਵਿੱਚ ਬੈਠਿਆ ਇਹ ਦੇਖੋ ਵੀਵਰ ਸੋਣਾ ਸੋ ਗੱਡੀ ਮੁੜਿਆਂ ਦੇ ਪੈਣਾ ਇਦੋਂ ਸਾਡੀ ਗੱਡੀ ਦੇ ਸਾਈਡ ਦੇ ਵਿੱਚ ਇਹਦਾ ਲਿਖਿਆ ਸੀ ਫਰੰਟ ਦੇ ਵਿੱਚ ਲਿਖਿਆ ਸੀ ਬੈਕ ਦੇ ਵਿੱਚ ਲਿਖਿਆ ਸੀ ਇਹ ਫਰੰਟ ਕੈਮਰਾ ਵੱਡਾ ਨਜ਼ਰ ਆਉਂਦਾ ਦੇਖੋ ਆਪਸ਼ਨ ਚੈੱਕ ਕਰੋ ਤਾਂ ਗੱਡੀ ਦੇ ਬਾਕੀ ਛੋੜੋ ਅੱਜਣ ਮੈਂ ਕੋਈ ਦੇ ਅੱਧੇ ਆਪਸ਼ਨਸ ਦਾ ਪੱਤਾ ਔਰ ਅੱਧਾ ਦਾ ਪੱਤਾ ਹੀ ਕੋਈ ਨਹੀਂ ਥੋੜਿਆ ਸਾਫ ਸੁਥਰੇ ਰੋਡ ਤੇ ਨੇ ਜਿੱਥੇ ਇਕੋ ਨਾ ਥੋੜੀਆਂ ਪੇਰ ਦੇ ਕੇ ਦੇ ਪਿਕ ਕੈਸੀ ਹੈ ਗੱਡੀ ਦੀ ਹਾਲੇ ਤੇ ਮੈਂ ਥੋੜੀ ਜਿਹੀ ਰੇਸ ਦਿੱਤੀ ਸੀ ਤੇ ਪੱਥਰ ਤੋਂ ਫਟੇ ਮਤਲਬ ਭੱਜੇ ਉਤੂ ਤੇ ਤਾਂ ਕਿੜਵਾ ਹੈ ਇਸ ਵਜ੍ਹਾ ਤੋਂ ਇੱਥਾਂ ਪ੍ਰਾਈ ਗੱਡੀ ਪੱਥਰ ਦੇ ਵਿੱਚ ਜ਼ਿਆਦਾ ਰੇਸ ਦੇਣਾ ਮੁਨਾਸਬ ਨਹੀਂ ਗੱਡੀ ਜਿਹੜਾ ਨਾ ਵਿੱਚੋਂ ਬੈਕ ਤੋਂ ਉੱਚੀ ਗੱਡੀ ਲੱਗਦੀ ਹੈ ਮਤਲਬ ਜਿਵੇਂ ਸਿਵੇ ਕਹਿੰਦਾ ਸਾਡੀ ਉਹ ਤਾਂ ਝਿੱਕ ਝਿੱਕੀ ਲੱਗਦੀ ਹੈ ਨਾ ਲੇਕਿਨ ਇਹ ਗੱਡੀ ਤੁਹਾਨੂੰ ਉੱਚੀ ਉੱਚੀ ਲੱਗਦੀ ਹੈ ਕਾਫੀ ਉੱਚੀ ਲੱਗਦੀ ਪਈ ਇਹ ਸਾਡੀ ਉਹ ਸ਼ਾਨ ਗੱਡੀ ਉਹਦੇ ਸਾਹਮਣੇ ਆਲਟੋ ਮੀਟਰ ਸਪੀਡ ਚ ਗੱਡੀ ਕੋ ਉਠਾਉਣੇ ਪਿਕ ਦੇਵਣੀ ਹੈ ਔਰ ਤੁਸਾਂ ਸ਼ਰਾਬ ਤੋਂ ਕੈਮਰਾ ਪਕੜੇ ਤਾਂ ਬਿਸਮਿਲ੍ਲਾ ਪੜ ਕੇ ਵੀ ਨਾ ਪਹਿਲੀ ਦਫਾ ਅੱਛੀ ਰੇਸ ਡੇ ਕਿ ਨਾ ਪਿਕ ਡੇ ਦੇਣ ਦੀ ਪਈ ਕਿਤਨੀ ਸਪੀਡ ਚ ਜਿਹੜਾ ਨਾ ਜਲਦੀ ਉੱਠਦੀ ਹੈ ਬਿਸਮਿਲ੍ਲਾ ਰਹਿਮਾਨ ਰਹੀਮ ਨਿਕਲ ਜਾ ਫਿਲਮ ਡਿੱਠੀ ਓਹਦੇ ਵਿਚ ਗੱਡੀ ਮੈਂ ਉੱਠੀ ਲਈ ਵੇ ਦੇਦਾ ਬੈਠਾ ਮਤਲਬ ਇੱਕ ਵਾਰੀ ਬਲਾ ਥੋ ਵੀ ਦਿਖਾਉਂਦੇ ਪਏ ਸਪੀਡ ਨਾਲ ਨਾ ਔਰ ਕਿਤਨੇ ਸੈਕਿੰਡ ਗਏ 3 ਸੈਕਿੰਡ ਗੱਡੀ ਉਹ ਤਾਂ ਤੋੜ ਪਹੁੰਚੀ ਵੇ 3 ਸੈਕਿੰਡ ਦੇ ਵਿੱਚ ਯਾਰ ਮਜ਼ੇ ਵਾਲੀ ਗੱਡੀ ਹੁਣ ਤੱਕ ਫਰੰਟ ਨਹੀਂ ਖਾਵਾਂ ਫਰੰਟ ਲੁੱਕ ਨਹੀਂ ਖਾਏ ਦਿਖਾਏ ਆਉਂਦੀ ਪਈ ਵੇ ਇਹ ਦੇਖੋ ਇਹ ਆਈ ਵੇ ਉਈ ਸ਼ਾਬਾਸ਼ੀ ਉਈ ਇਹ ਗਈ ਵੇ ਹਿੰਨ ਵੀ ਔਰ ਚਸਾ ਕਹਿਣਾ ਵਾਹ ਕਿਆ ਚਸਾ ਹਿੰਨ ਵੀਆਂ ਕਿਵੇਂ ਬਾਹਰੋਂ ਗੱਡੀ ਕਿਵੇਂ ਚਸ ਆ ਗਏ ਭਾਈ ਜਾਨ ਚਸ ਜੇ ਕੋ ਚਸ ਆ ਦੇ ਨਾ ਗੂੰ ਦੀ ਆਵਾਜ਼ ਹੀ ਮੈਂ ਆਈ ਹੈ ਟਾਇਰ ਸਲਿਪ ਕਰੇ 3 ਸੈਕਿੰਡ ਫੁੱਲ ਰੇਸ ਦੇਣਾ ਹੈ ਨਾ 3
ਮੈਂ ਤਾਂ ਕੋਈ ਕਿ ਬਾਹਰ ਮਲੂਮ ਸੇ ਪੈਰਾਂ ਚੋਂ ਨਿਕਲਦੇ ਇਤਨੀ ਸਪੀਡ ਪਿੱਕੇ ਨਾ ਗੱਡੀ ਦੀ ਸਿਵਿਕ ਦੀ ਪਿੱਕੀ ਕਮਾਲ ਹੈ ਲੇਕਿਨ ਇਹਦੇ ਪਿੱਕ ਜਿਹੜਾ ਨਾ ਸਿਵਿਕ ਦੇ ਕੋਲ ਵੀ ਜ਼ਿਆਦਾ ਹੈ ਵੀਵਰ ਹਾਲ ਲੇਕਿਨ ਕੰਫਰਟੇਬਲ ਵਧੀਆ ਗੱਡੀ ਯਾਰ ਮਜ਼ਾ ਆਉਂਦਾ ਇਹਦੇ ਦੇਖੋ ਪੇਰ ਦਿਓ ਵੀਵਰ ਇਹ ਉਹ ਦੋ ਜੀ ਮਿੱਠੇ ਬਾਲ ਵਧੀਆ ਨਹੀਂ ਤਾਂ ਬਾਕੀ ਛੋੜੋ ਵੀਵਰ ਗੱਡੀ ਜਿਹੜੀ ਪਿੱਕੇ ਨਾ ਉਹ ਮੇਰੇ ਕੋ ਬੜੀ ਆਊਟ ਕਲਾਸ ਲੱਗੇ ਪੇਰ ਦੇਵੋ ਮਲੂਮ ਥਿੰਦੇ ਗੱਡੀ ਪੇਰਾਂ ਚੋਂ ਨਿਕਲਦੀ ਹੈ ਯਕੀਨਨ ਸਿਵਿਕ ਦੀ ਪਿੱਕ ਵੀ ਹੈ ਲੇਕਿਨ ਇਹਦੀ ਪਿੱਕ ਸਿਵਿਕ ਕੋਲ ਵੀ ਜ਼ਿਆਦਾ ਹੀ ਵੇ ਭਾਈ ਪਰ ਚੰਦਰ ਤੁਹਾਨੂੰ ਜਿਹੜੇ ਚਾਬੀ ਦੇ ਆਪਸ਼ਨ ਹਨ ਉਹ ਮੈਂ ਤੁਹਾਨੂੰ ਜ਼ਰਾ ਦਿਖਾਵਾਂ ਇਹਦੇ ਚਾਬੀ ਦੇ ਆਪਸ਼ਨ ਹਨ ਪੇ ਗੱਡੀ ਨਾ ਤੁਸੀਂ ਇਥੋਂ ਚਾਬੀ ਨਾਲ ਸਟਾਰਟ ਵੀ ਕਰ ਸਕਦੇ ਵੇ ਇਥੋਂ ਚਾਬੀ ਨਾਲ ਗੱਡੀ ਦਾ ਵਿੰਡੋ ਵੀ ਖੋਲ ਸਕਦੇ ਵੇ ਚਾਬੀ ਨਾਲ ਇਹਦੇ ਸ਼ੀਸ਼ੇ ਸਨਰੂਫ ਹਰ ਚੀਜ਼ ਖੋਲ ਸਕਦੇ ਵੇ ਹੁਣ ਮੇਰੇ ਕੋ ਪਤਾ ਕੋਈ ਨਹੀਂ ਤੋ ਆਪਸ਼ਨ ਕਿਵੇਂ ਦਬਾਉਣੇ ਨੇ ਉਮਰ ਗੱਡੀ ਚੋਂ ਨਿਕਲਦਾ ਨਹੀਂ ਯਾਰ ਖੜੇ ਬਟਨ ਇਵੇਂ ਕਿਵੇਂ ਸਹੀ ਮੈਨੂੰ ਪਤਾ ਕੋਈ ਨਹੀਂ ਇਹ ਮੇਰੇ ਖਿਆਲ ਚ ਇਹ ਵਾਲਾ ਬਟਨ ਦਬਾਈ ਰੱਖੋ ਗੱਡੀ ਸਟਾਰਟ ਥੀ ਵੈਂਦੀ ਹੈ ਮੈਨੂੰ ਲੱਗਦਾ ਹੈ ਥੀ ਹੋਣੀ ਚਾਹੀਦੀ ਹੈ ਨਹੀਂ ਮੇਰੀ ਤਾਂ ਸਟਾਰਟ ਕਿਵੇਂ ਥੀਂਦੀ ਹੈ ਬਟਨ ਤੋਂ ਇਹ ਤੋਂ ਰਿਮੋਟ ਤੋਂ ਸਟਾਰਟ ਕਿਵੇਂ ਥੀਂਦੀ ਹੈ ਇਹ ਵਾਲਾ ਬਟਨ ਨਹੀਂ ਮੇਰੇ ਖਿਆਲ ਚ ਇਹ ਤਾਂ ਡਿੱਗੀ ਦਾ ਸੀ ਨਾ ਇਹ ਤਾਂ ਡਿੱਗੀ ਨਹੀਂ ਬਣੀ ਖੜੀ ਨਹੀਂ ਇਹ ਵਾਲਾ ਬਟਨ ਪੰਜ ਸੈਕਿੰਡ ਦਬਾਈ ਰੱਖਣਾ ਮੇਰੇ ਖਿਆਲ ਹੈ ਜੀ ਬਟਨ ਕੋ ਇਹ ਬਟਨ ਕੋ ਦਬਾਈ ਖੜੇ ਤੇ ਸਟਾਰਟ ਥੀਂਦੀ ਜਾਂ ਨਹੀਂ ਥੀਂਦੀ ਵੀਵਰ ਮੈਂ ਇਹਨਾਂ ਨਾਲ ਰਿਵਿਊ ਦਿੱਠਾ ਰਿਵਿਊ ਦੇ ਵਿੱਚ ਨਾ ਇਹ ਰਿਮੋਟ ਤੋਂ ਸਟਾਰਟ ਥੀ ਵੈਂਦੀ ਲੇਕਿਨ ਮੈਂ ਕੋਈ ਸਟਾਰਟ ਕਰਨ ਨਹੀਂ ਆਉਂਦੀ ਪਈ ਹੁਣ ਵੀਵਰ ਮੈਂ ਆਇਆ ਬੈਠਾ ਗੱਡੀ ਦੀ ਬੈਕ ਸਾਈਡ ਤੇ ਠੀਕ ਹੈ ਹੁਣ ਬੈਕ ਸਾਈਡ ਤੋਂ ਤੁਹਾਨੂੰ ਦਿਖਾਵਾਂ ਕਿ ਲੈਗ ਸਪੇਸ ਕਿਤਨੀ ਹੈ ਮਤਲਬ ਦੇਖੋ ਮੇਰੇ ਕੋਲ ਇੱਥਾਂ ਇੱਕ ਗਿੱਠ ਪੂਰਾ ਅੱਗਾ ਸੀਟਾਂ ਇਹਨਾਂ ਪਈਆਂ ਮਤਲਬ ਪਿੱਛੂ ਤੁਸੀਂ ਖੁੱਲੇ ਖੁੱਲੇ ਬੈਠ ਸਕਦੇ ਹੋ ਔਰ ਮਜ਼ੇ ਦੀ ਗੱਲ ਹੈ ਪਿਛਲੀਆਂ ਜਿਹੜੀਆਂ ਸੀਟਾਂ ਇਹ ਵੀ ਇਹਦੇ ਦੇਖੋ ਇਹ ਨਿੱਕੇ ਨਿੱਕੇ ਸੁਰਾਖ ਹਨ ਪਹਿਲਾਂ ਇਹ ਵੀ ਹੌਟ ਐਂਡ ਕੂਲ ਥੀ ਨੇ ਮਤਲਬ ਏਸੀ ਦੀ ਹਵਾ ਵੀ ਆਸੀ ਇਹਨਾਂ ਦੇ ਵਿੱਚੋਂ ਔਰ ਹੀਟਰ ਦੀ ਵੀ ਹਵਾ ਆਸੀ ਔਰ ਬੈਕ ਸਾਈਡ ਤੇ ਸਾਡੀ ਸਿਵਿਕ ਵਾਲਾ ਕੱਪ ਹੋਲਡਰ ਵੀ ਹੈ ਪਿਆ ਇਸ ਸਿਵਿਕ ਦੇ ਵਿੱਚ ਵੀ ਇਹ ਨਾ ਆਪਸ਼ਨ ਦੇ ਵਿੱਚ ਇਹ ਉੱਚਾ ਹੈ ਪਹਿਲਾਂ ਸਾਡੀ ਸਿਵਿਕ ਵਾਲਾ ਥੱਲੇ ਲੱਗ ਪੈਂਦਾ ਲੇਕਿਨ ਇਹਦੇ ਥੋੜਾ ਜਿਹਾ ਲੇਟੈਸਟ ਹੈ ਪਿਆ ਕਿ ਮਤਲਬ ਈਜ਼ੀਲੀ ਤੁਸੀਂ ਬਹਿ ਸਕਦੇ ਵੇ ਇਹ ਚੀਜ਼ ਚੈੱਕ ਕਰ ਮੇਰੀ ਇਹਦੇ ਨਾਲ ਟੇਕ ਲਾ ਕੇ ਬਹਿ ਇਹਦੇ ਨਾਲ ਅੱਛੀ ਫੀਲ ਆਉਂਦੀ ਕਿ ਨਹੀਂ ਆਉਂਦੀ ਇਹ ਦੇਖੋ ਇੱਥੇ ਬੰਦਾ ਜੂਸ ਪਕੜੀ ਬੈਠਾ ਹੋਵੇ ਇੱਥੇ ਜੂਸ ਹੋਵੇ ਤੇ ਜੂਸ ਬੰਦਾ ਇਵੇਂ ਪੀਵੇ ਬੈਠਾ ਤੇ ਆਪਾਂ ਸੇ ਗੱਪ ਸ਼ਪ ਲਾਵੇ ਬੈਠਾ ਔਰ ਇਹਦੀ ਜਿਹੜੀ ਪੈਟਰੋਲ ਦੀ ਐਵਰੇਜ ਹੈ ਉਹ ਸਿਵਿਕ ਆ ਲਈਏ ਮਤਲਬ ਸਿਵਿਕ ਕੋਲੋਂ ਥੋੜ੍ਹੀ ਜਿਹੀ ਜ਼ਿਆਦਾ ਹੈ ਬਈ ਸਿਵਿਕ ਦੀ ਐਵਰੇਜ ਹੈ 9-10 ਕਿਲੋਮੀਟਰ ਇਹਦੀ ਐਵਰੇਜ ਹੈ 11-12 ਕਿਲੋਮੀਟਰ ਸ਼ਹਿਰ 10 ਕਿਲੋਮੀਟਰ ਦਿੰਦੀ ਮਤਲਬ ਐਵਰੇਜ ਇਹਦੀ ਵੱਡਿਆਂ ਕੇ ਜਾਣ ਲਈ ਵੇ ਬਈ ਔਰ ਬੈਕ ਸਾਈਡ ਤੋਂ ਵੀ ਇਹਦਾ ਏਸੀ ਦੀਆਂ ਗ੍ਰਿਲਾਂ ਹਨ ਪਈ ਇੱਥੋਂ ਵੀ ਤੁਹਾਨੂੰ ਏਸੀ ਦੀ ਹਵਾ ਆਉਂਦੀ ਹੈ ਔਰ ਇੱਥੇ ਸਾਹਮਣੇ ਤੁਸੀਂ ਚਾਰਜਿੰਗ ਲਾ ਸਕਦੇ ਹੋ ਮੋਬਾਈਲ ਵਗੈਰਾ ਖੈਰ ਗੱਡੀ ਮੈਂ ਤਾਂ ਵੀਵਰ ਆਊਟ ਕਲਾਸ ਲੱਗੀ ਹੋ ਮੇਰੇ ਤੋਂ ਆਪਣਾ ਓਪੀਨੀਅਨ ਦੇ ਕਿਵੇਂ ਲੱਗੀ ਗੱਡੀ ਵੀਵਰ ਨੈਕਸਟ ਸਾਡੀ ਗੱਡੀ ਇਨਸ਼ਾਅੱਲਾ ਮੇਰਾ 80% ਮਾਈਂਡ ਬਣਾ ਬਣਾ ਕੇ ਬਿਨਾ ਬੈਠੇ ਓਸ਼ਾਨ X7 ਗਿਣਨੀ ਹੈ ਸ਼ਰਾਜੀ ਤੁਹਾਡਾ ਕੀ ਓਪੀਨੀਅਨ ਹੈ ਮੈਂ ਅੱਜ ਵੀਡੀਓ ਚੜਾਉਂਦਾ ਪਿਆ ਟਿਕਟੋਕ ਦੀ ਵੀ ਮੈਂ ਗੱਡੀ ਖੇਨ ਕੀਤੀ ਹੈ ਭਾਈ ਯਾਰ ਮੈਂ ਜਿਹੜੀ ਗੱਲ ਪੁੱਛੇ ਤੂੰ ਪਰਾਂ ਗੱਡੀਆਂ ਦੇ ਵਿੱਚ ਦੇਖ ਟਿਕਟੋਕ ਦੀ ਵੀਡੀਓ ਬਣਾ ਤੂੰ ਇਹ ਦੱਸ ਗੱਡੀ ਖੇਨੋ ਨਾ ਗਿਣੋ ਏ ਦੱਸ ਗੱਡੀ ਖੇਨੋ ਨਾ ਗਿਣੋ ਏ ਹੈ ਵੇ ਹਾਂ ਗੱਡੀ ਖੇਨੋ ਨਾ ਗਿਣੋ ਏ ਇਹ ਗੱਡੀ ਓਕੇ ਰਿਪੋਰਟ ਹੈ ਜੀ ਉਸਤਾਦ ਪਸੰਦ ਹੈ ਮੈਂ ਆਦਾ ਮੈਂ ਕੋ ਹੋਂਡਾ ਵੇਚਣਾ ਪੈ ਮੈਂ ਗੱਡੀ ਖੇਨ ਸੋ ਹੋਂਡਾ ਮੋਟਰਸਾਈਕਲ ਨਾਲ ਨਹੀਂ ਆਂਦੀ ਏ ਹੋਂਡਾ ਸਿਵਿਕ ਵੇਚੋ ਵਲਾ ਨਾਲ ਤਕਰੀਬਨ ਕੋਈ 25 ਲੱਖ ਸਾਕੋ ਐਡ ਕਰਨਾ ਪੋਸੀ ਉਸ ਤੋਂ ਬਾਅਦ ਸਾਕੋ ਗੱਡੀ ਮਿਲਸੀ ਪਰ ਇਨਸ਼ਾਅੱਲਾ ਵੀਵਰ ਗੱਡੀ ਖੇਨ ਸੋ ਸਾਡਾ ਫੁੱਲ ਇਹਦੇ ਤੇ ਰੋਡ ਟੁਕਾ ਖੜਾ ਵੇ ਯਕੀਨਨ ਸਾਡੀ ਰਾਏ ਤੋਂ ਬਾਅਦ ਅਸਾਂ ਫੈਸਲਾ ਕਰੇ ਸੋ ਪਰ ਇਥੇ ਕਰਨ ਦਾ ਸਾਈ ਦੀ ਉੜਦਾ ਐਂਡ ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੇ ਜੇ ਸਾਡੀ ਵੀਡੀਓ ਅੱਛੀ ਲੱਗੇ ਸਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੋ ਲਾ ਮਿਲਸੇ ਇਨਸ਼ਾਅੱਲਾ ਨਵੇਂ ਵੀਡੀਓ ਨਾਲ ਤਦ ਤੱਕ ਲਈ ਅੱਲਾ ਹਾਫਿਜ਼ ਬਾਏ ਗੱਡੀ ਇਹੋ ਜਿਹੀ ਰੱਖਣੀ ਹੈ ਨਾ ਤਾਂ ਭਲਾ ਜਿਹੜਾ ਇਹ ਭਲਾ ਛੱਪਰ ਇਹ ਇਵੇਂ ਬਣਾ